ਜਾਂ ਕੋਈ ਵੀ ਪੰਥ ਦੀ ਕਰੋਪੀ ਪੰਥ ਤੇ ਏਦਾਂ ਦੀ ਸੰਤਾਪ ਜੋ ਝੱਲਿਆ ਉਸਦੇ ਵਿੱਚ ਹਮੇਸ਼ਾ ਹੀ ਇਹਨਾਂ ਦੀ ਸ਼ਮੂਲੀਅਤ ਰਹੀ ਆ ਤੇ ਉਸਦੇ ਨਾਲ ਨਾਲ ਰਾਜਨੀਤਿਕ ਪਾਰਟੀਆਂ ਦੇ ਨਾਲ ਵੀ ਇਹਨਾਂ ਦੇ ਵਿੱਚ ਹੋ ਕੇ ਕਾਫੀ ਲੰਮਾ ਸਮਾਂ ਇਹ ਵਿਚਰੇ ਨੇ। ਜ਼ਿਆਦਾ ਸਮਾਂ ਤੁਹਾਡੇ ਤੇ ਉਹਨਾਂ ਦੇ ਵਿਚਕਾਰ ਮੈਂ ਨਾ ਲਵਾਂ ਤੇ ਉਹਨਾਂ ਨੂੰ ਬੇਨਤੀ ਕਰਾਂ ਆਓ ਤੇ ਸਾਨੂੰ ਪੰਜਾਬ ਦੇ ਹਾਲਾਤਾਂ ਬਾਰੇ ਜਾਣੂ ਕਰਵਾਓ, ਜੋ ਨਸ਼ਿਆਂ ਦਾ ਜੋ ਇਸ ਸਮੇਂ ਪੰਜਾਬ ਦੀ ਸਥਿਤੀ ਆ, ਜੋ ਸਰਕਾਰੀ ਤੰਤਰ ਕਿਸ ਤਰ੍ਹਾਂ ਉਸਨੇ ਪੰਜਾਬ ਦੇ ਲੋਕਾਂ ਨੂੰ ਕਾਬੂ ਕੀਤਾ ਹੋਇਆ, ਉਸ ਬਾਰੇ ਚਾਨਣਾ ਪਾਉਣ। ਭਾਈ ਸਾਹਿਬ ਦਾ ਟਾਈਮ 45 ਮਿੰਟ ਆ ਤੇ ਬੇਨਤੀ ਕਰੋ ਤੇ ਆਪਣੇ ਵਿਚਾਰ ਦੱਸ। ਸੱਤ ਸਮੁੰਦਰੋਂ ਪਾਰ ਇਸ ਹਜ਼ਾਰ ਧਰਤੀ ਤੇ ਗੁਰੂ ਨਾਨਕ ਪਾਤਸ਼ਾਹ ਦੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਮਨੁੱਖੀ ਆਜ਼ਾਦੀ ਦੀ ਸੋਚ ਨੂੰ ਸਮਰਪਿਤ ਜਾਗਦੇ ਸਿਰ ਲੈ ਕੇ ਜੁੜ ਬੈਠੀ ਪਿਆਰੀ ਸੰਗਤ ਹਾਜ਼ਰੀ ਗਾਓ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਾਂ ਮੇਰਾ ਸਭ ਤੋਂ ਆਖਰੀ ਇੱਕ ਕਹਾਵਤ ਹੈ ਵੀ ਪਾਣੀ ਜਦੋਂ ਟੇਲਾਂ ਤੇ ਪਹੁੰਚਦਾ ਥੋੜਾ ਰਹਿ ਜਾਂਦਾ। ਲਾਸਟ ਵਾਰੀ ਆਈ ਹੈ ਤੁਸੀਂ ਬਹੁਤ ਦੇਰ ਤੋਂ, ਮੈਂ ਪਹਿਲਾਂ ਤਾਂ ਤੁਹਾਡੀ ਦਾਤ ਦਿੰਦਾ ਸਾਰੇ ਬੁਲਾਰਿਆਂ ਦੀ ਕਿ ਇੰਨੀ ਦੇਰ ਸੁਣਨਾ, ਬੋਲਣ ਵਾਲੇ ਬੜੇ ਨੇ, ਇਕੱਲਾ ਇਕੱਲਾ ਬੰਦਾ ਘੰਟਿਆਂ ਬੱਧੀ ਬੋਲ ਸਕਦਾ, ਪਰ ਧੰਨ ਤੁਸੀਂ ਹੋ ਜਿਹੜੇ ਇੰਨੀ ਦੇਰ ਤੋਂ ਬੈਠੇ ਸੁਣਦੇ ਆ। ਮੈਂ ਹੁਣੇ ਉੱਠ ਕੇ ਗਿਆ ਵਾਸ਼ਰੂਮ ਦੇ ਵਿੱਚ, ਮੈਂ ਉੱਥੇ ਵੀ ਭਾਈ ਸਾਹਿਬ ਵੱਲੋਂ ਨੇ ਜ਼ਿਕਰ ਕੀਤਾ ਕਿ ਦਾਤ ਦੇਣੀ ਬਣਦੀ ਹੈ ਜੇ ਪੰਜਾਬ ਹੁੰਦਾ ਤੇ ਹੁਣ ਇੱਥੇ ਕੋਈ ਬੈਠਾ ਨਹੀਂ ਸੀ ਰਹਿ ਜਾਣਾ, ਜਾਂ ਮਾਇਕ ਰਹਿ ਜਾਂਦਾ ਕਿੱਦਾਂ ਮੇਰੇ ਵਰਗਾ ਬਜ਼ਾਰਾਂ ਦੀ ਮੈਨੂੰ ਟੇਲਾਂ ਹੁੰਦੀਆਂ। ਪਰ ਤੁਸੀਂ ਇਸ ਗੱਲੋਂ ਵਧਾਈ ਦੇ ਪਾਤਰ, ਮੇਰੇ ਜੁੰਮੇ ਜਿਹੜਾ ਵਿਸ਼ਾ ਆਇਆ ਉਹ ਬੜਾ ਗੰਭੀਰ ਵਿਸ਼ਾ, ਵਿਚਾਰਾਂ ਨੇ ਵਿਦਵਾਨਾਂ ਨੇ, ਮੈਂ ਬੈਠਾ ਰੋਟ ਕਰ ਰਿਹਾ ਸੀਗਾ ਸਾਰਿਆਂ ਦੇ ਨਾਂ, ਬੜੀ ਖੁਸ਼ੀ ਹੋਈ ਹੈ ਮੈਨੂੰ ਕਿ ਮੇਰੇ ਵਰਗਾ ਨਜੀਰ ਬੰਦਾ ਅੱਜ ਉਹਨਾਂ ਲੋਕਾਂ ਦੇ ਵਿੱਚ, ਉਹਨਾਂ ਸ਼ਖਸੀਅਤਾਂ ਦੇ ਵਿੱਚ ਬੈਠ ਕੇ ਕੋਈ ਆਪਣੀ ਗੱਲ ਕਹਿ ਸਕਦਾ ਹੈ ਜਿਨ੍ਹਾਂ ਦੇ ਸਿਰ ਤੇ ਅੱਜ ਮੇਰੀ ਕੌਮ, ਜਿਹਨਾਂ ਥੰਮੀਆਂ ਤੇ ਅੱਜ ਮੇਰੀ ਕੌਮ ਖੜੀ ਹੈ। ਅਦਰਵਾਈਜ਼ ਜੇ ਆਪਾਂ ਪੰਜਾਬ ਦੀ ਸਥਿਤੀ ਨੂੰ ਦੇਖੀਏ ਤੇ ਅੱਜ ਇਹ ਲੱਗਦਾ ਹੈ ਵੀ ਸਿੱਖੀ ਹੈ ਜਿਹੜੀ ਉਹ ਪਤਨ ਦੇ ਕਿਨਾਰੇ ਹੈ, ਖਤਮ ਹੋਣ ਦੇ ਕਿਨਾਰੇ। ਤੁਸੀਂ ਜਿੰਨੀਆਂ ਵਿਚਾਰਾਂ ਕੀਤੀਆਂ, ਭਾਵੇਂ ਉਹ ਸਰਦਾਰ ਪਾਲ ਸਿੰਘ ਜੀ ਪੁਰੇਵਾਲ ਸਾਹਿਬ, ਉਹਨਾਂ ਨੇ ਕੈਲੰਡਰ ਦੀ ਗੱਲ ਕੀਤੀ ਹੈ, ਮੈਂ ਜਦੋਂ ਇਹ ਕੈਲੰਡਰ ਬਣਿਆ ਦੇਖਿਆ, ਡੌੜਾ ਸਾਹਿਬ ਨਾਲ ਮੀਟਿੰਗਾਂ ਹੋਈਆਂ, ਉਹ ਸਾਰਾ ਕੁਛ ਸੁਣਿਆ ਸੀ, ਕੈਲੰਡਰ ਲਾਗੂ ਹੋਇਆ। ਮੈਂ ਕੈਲੰਡਰ ਦਾ ਇਸ ਕਰਕੇ ਉਦੋਂ ਹਮਾਇਤੀ ਸੀ ਕਿ ਮੇਰੀ ਕੌਮ ਦਾ ਕੋਈ ਵੱਖਰਾ ਕੈਲੰਡਰ ਬਣਿਆ, ਪਰ ਅੱਜ ਸਰਦਾਰ ਸਰਬਜੀਤ ਸਿੰਘ ਜੀ ਸੈਕਰਾਮੈਂਟੋ, ਸਰਦਾਰ ਪਾਲ ਸਿੰਘ ਜੀ ਪੁਰੇਵਾਲ ਨੇ ਜੋ ਤਕਨੀਕ ਸਾਹਮਣੇ ਖੜੇ ਹੋ ਕੇ ਦਿਖਾ ਕੇ ਸਾਨੂੰ ਸਮਝ ਆਈ ਹੈ, ਮੈਂ ਸਮਝਦਾ ਕਿ ਅੱਜ ਮੇਰੇ ਦਿਮਾਗ ਦਾ ਸਾਰਾ ਕੁਛ ਚੇਂਜ ਹੋ ਗਿਆ। ਪਤਾ ਲੱਗ ਗਿਆ ਕਿ ਇਹ ਕੈਲੰਡਰ ਜਿਹੜਾ ਕਿਵੇਂ ਬਣਿਆ, ਇਸ ਕੈਲੰਡਰ ਦੀ ਪ੍ਰਮਾਣਿਕਤਾ ਕੀ ਹੈ, ਇਹ ਕੈਲੰਡਰ ਕਿਵੇਂ ਸਹੀ ਹੈ। ਤੇ ਦੂਜੇ ਪਾਸੇ ਤੁਸੀਂ, ਉਹਨਾਂ ਨੇ ਸਲਾਈਡ ਚਲਾ ਕੇ ਵੀ ਦਿਖਾਈ ਹੈ, ਜਿਹੜੇ ਚੈਲੰਜ ਕਰਨ ਵਾਲੇ ਨੇ, ਮੈਂ ਉਹਨਾਂ ਤੋਂ ਹੈਰਾਨ ਹਾਂ ਕਿ ਜਿਹੜੇ ਊੜਾ ਆੜਾ ਏ ਬੀ ਸੀ ਵੀ ਨਹੀਂ ਜਾਣਦੇ, ਉਹ ਲੋਕੀ ਐਡੀ ਵੱਡੀ ਵਿਭਿੰਨਤਾ ਨੂੰ ਚੈਲੰਜ ਕਰ ਰਹੇ। ਦੂਸਰਾ ਵਿਸ਼ਾ ਬਾਖੂਬੀ ਨਿਭਾਇਆ ਭਾਈ ਉੱਤਰਾਖੰਡ ਜੀ, ਲੇਕਿਨ ਵਿਸ਼ਾ ਜਿਹੜਾ ਅਸੀਂ ਰੱਖਿਆ, ਇਸ ਵਿਸ਼ੇ ਚ ਮੈਂ ਕਹਿਣਾ ਜੇ ਅੱਗੇ ਕਦੇ ਗੱਲ ਕਰਨੀ ਹੋਵੇ ਤਾਂ ਸੋਧ ਕਰ। ਗੁਰੂ ਗ੍ਰੰਥ ਸਾਹਿਬ ਦੀ ਸਰਵ ਉੱਚਤਾ, ਸਰਵ ਉੱਚਮਤਾ, ਇਹਦੇ ਤੇ ਕੋਈ ਸ਼ੱਕ ਹੈ ਸਰ? ਗੁਰੂ ਗ੍ਰੰਥ ਸਾਹਿਬ ਨੂੰ ਤਾਂ ਜਿਸ ਦਿਨ ਪੋਥੀ ਸਾਹਿਬ ਦੇ ਰੂਪ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਰੂਪਮਾਨ ਕੀਤਾ, ਸੰਪਾਦਿਤ ਕੀਤਾ, ਤੇ ਸਤਿਗੁਰੂ ਦਾ ਪਹਿਲਾ ਬਚਨ ਪੜ੍ਹ ਲਓ, ਕਿਸੇ ਦੀ ਸਾਨੂੰ ਉਹਦੇ ਤੇ ਮੋਹਰ ਦੀ ਲੋੜ ਨਹੀਂ, ਪ੍ਰਮਾਣਿਕਤਾ ਹੈ ਉਹਦੀ, ਹੈ ਹੀ ਹੈ ਜਦੋਂ ਸਤਿਗੁਰਾਂ ਨੇ ਹੀ ਕਹਿ ਤਾਂ ਪੋਥੀ ਪਰਮੇਸ਼ਰ ਦਾ ਥਾਂ। ਗੱਲ ਹੀ ਖਤਮ ਹੋ ਗਈ ਕਿ ਰੱਬੀ ਕਲਾਮ ਹੈ, ਉਸ ਤੋਂ ਬਾਅਦ ਗੁਰੂ ਸਾਹਿਬ ਮੰਜੀ ਤੇ ਨਹੀਂ ਬੈਠੇ,
उस तो बाद पोथी साहब मंदिर के प्रार्थना तो दूसरा प्रमाण साढ़े विच भुलेखे बड़े खड़े किए जा रहे दसवें पातशाह शरीर करके इस संसार तो जान लगे पूछा गया है सतगुरु तुसी ते चले हो आ खालसा पंथ का की बनेगा कि लड़ता चले ते गुरु का वचन याद रखो जिहड़ा कदे डोलन नहीं दिंदा कदे मन च हीन भावना नहीं आती भावे जिड्डा मर्जी जुर्म हो गए जेडे बंद बंद कटाते रहे जो चरखड़िया गुरु तो मगरों चढ़ते रहे उन्होंने अंदर ही गुरु का वचन सतगुरु ने कहा कि अज तो साड़ी आत्मा ग्रंथ में होगी तो प्राण पंथ में होंगे पंथों नहीं नीलिया पगा बन लिया चोले पा ले गात्रे चौड़े पा ले कृपाना पा बढ़िया बिच फड़ लिया बड़ी गिनती च कट्ठे हो गए पंथो नहीं पंथो है जेड़ा गुरु दे राह ते चलदा आ भाई उत्तराखंड दी गल कीती है प्रचारक ते बड़े ने मैं तैनू अज इस गल लई गुरु अगे अरदास करदा मैं कि सच्चे पातशाह ने जो इस नौजवान का फलो बनिया जो कह सकता है मुबारक है और गुरु इन्नी शक्ति देवे साडी अरदास दे नाल होवे कि इस तरह इस गल ते खड़ा रहे मैं देखिया बड़े बंदे ने जिहड़े सांग दे विच सालत रहिंदे ने भाई गुरदास जी भी जिक्र करदे सांग वरत रहा इस वेले अज तुसीं देखदे हो जिहड़ा सांग दे विच झुकदा नहीं इहदे विच फसदा नहीं उहनूं फिर प्रोफेसर दर्शन सिंह वांगू छेक लगा दिंदा उहनूं बंद कर दिता जांदा कि बोलो ना जी इहो जी नौबत कल नूं आ सकदी है कि जे नहीं फिर वड्डे वड्डे प्रचारक होर फिरदे मैं देखिया फिर उह लत थल्ले लंघ के आउंदे ने फिर गुरु की गल नहीं करदे फिर उह बंदियां की गल करदे फिर उहनां लोकां की बनाई हुई मर्यादा की गल करदे सो अज जिहड़ी गल मैं कहना कि गुरु ने तीन चीजा सानू दित्तियां और तिना चीजा दे विच जिहड़ा असीं बिगाड़ पैदा कर दिता उस करके मैं नशे वाली गल ते आउणा अपने विषय वल पर पैदा क्यों होया जे गल बीमारी की आप जड़ ना लगी है तो फिर गल नहीं बन उधर असं तुरे क्यों गुरु ने सब तो पहला सानू दिता गुरुद्वारा साडा जिहड़ा आधार है मेरी कौम का जिहड़ा बेस है वह है गुरुद्वारा गुरुद्वारे के अंदर वो गुरु साडा बैठा है जिदे अंदर ऐसी विचारधारा है जिदे नाल सारा संसार भर सकता किसी का भी बेड़ा बने लग सकता केवल सिखां दा नहीं जिहड़ा भी इस गुरु की विचारधारा नूं मन लेगा वह पताल तो लैके समान तक वो जीवन तो लैके मरण तक वो आप तो लैके अंत तक जदों भी कदे किसी भी सिस्टम च आपां वेखीए उत्थे ही गुरु की बाणी ढुकदी है हुणे पुरेवाल साहब आपां नूं वह दिखा रहे सीगे कट के जदों उन्हां ने गल कीती है वह भी गुरबाणी च आया फिर भी इह राह कि चलदा कोई है कोई शंका भी जिहड़ी गल गुरु ना करदा हो ਸਾਨੂੰ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਉਹਦੀ ਸੰਭਾਲੀ ਗੁਰਦੁਆਰਾ ਜਿਹੜਾ ਸਾਡਾ ਦੇਸ਼ ਬਣਾਇਆ ਉਹਦੇ ਅੰਦਰ ਵਿੱਚ ਗੁਰੂ ਦੀ ਬਾਣੀ ਹੈ ਜਿੱਥੇ ਉਹ ਅੰਮ੍ਰਿਤਮਈ ਬਾਣੀ ਹੈ ਉੱਥੇ ਨਾਲ ਨਾਲ ਸਾਡੀ ਪੰਗਤ ਵੀ ਹੈ ਬੈਠਣ ਦੇ ਲਈ ਜਿੱਥੇ ਲੰਗਰ ਵੀ ਹੈ ਲੰਗਰ ਵੀ ਛਕਣਾ ਉੱਥੇ ਇਕੱਤਰ ਹੋਣ ਲਈ ਸਾਡੇ ਲਈ ਗੁਰੂ ਨੇ ਜਗ੍ਹਾ ਬਣਾਈ ਹੈ ਤੇ ਤੁਸੀਂ ਇੱਥੇ ਇਕੱਠੇ ਹੋ ਕੇ ਐਸ ਅਮੁੱਲੇ ਵਿਚਾਰ ਨੂੰ पढ़ना है जानना है सोचना है विचारना है फिर मंडना है गुरुद्वारा साडा और गुरुद्वारे का जिहड़ा गुरुद्वारे दे विच रहण लई ते गुरु ने सिद्धांत पैदा कीते हुण जिहड़े सिद्धांत सतगुरु ने बनाए है कि तू मूर्ति नहीं पूजनी कदे भी तू बंदियां नूं नहीं मन्नना दे विश्वास नहीं करना एक अकाल पुरख दे चरणां च तू रहना है एक अकाल पुरख नूं तू सिमरना है याद किरत करनी है नाम जपना है चेते रखना है वाहगुरु नूं जिहड़ियां गल्लां ने उह तिन्ने सिद्धांत ने जिहड़े जिथे गुरुद्वारा बेस है सिद्धांत साडी रूह ते फिर तीजी जिहड़ी गल साडे जुम्मे लाई सतगुरु ने भरोसा कीता साडे ते गुरु ने जिथे सानू कहा कि मेरे प्राण पंथ विच होणगे सवारना है पंथ ने सारा कुछ सवारना है हुण उह की है उह तीजी गल है साडा प्रबंध हुण कदे बेस नहीं खुरेगा बेस गुरु ने एडा मजबूत दिता है सिद्धांत कदे मरते नहीं दे क्योंकि सिद्धांत रूह ने रूह कदे मरती नहीं रूह अमर है आत्मा अमर है हमेशा कदे मरती नहीं
गुरु ने सिद्धांतां नूं साडी रूह बनाया ते तीजा जिहड़ा साडा प्रबंध है उह साडा चेहरा है। ते अज चेहरा साडा क्रूप हो गया जिहदे करके अज नौजवान नशे बंदे साडे चेहरे तों दिसदा नहीं। गुरु ने जे बाणी दे विच गुरु ने अपनी सिक्ख्या दे विच गुरु ने अपने सिद्धांतां दे विच जो करदार साडे अंदर पैदा कीता साडे चेहरे तों साडे बोलां तों बाहर नहीं आउंदा बिगड़ गया साड़ी जुबान दे विच खिचड़ी रह गई। जो प्रचार प्रचार करता है घड़ी घड़ी आप सुनते हैं सुन तो बाद जिस प्रचार जिथे प्रचार हो रहा उतों बाहर निकलते हैं तो गल्लां सब विसर जांदियां साडे मन ते उगाली दे रह जांदे थोड़ी देर सोहना लगता है भावे कोई बाबा चिमटे बजा लवे भावे भाई उत्तराखंड कथा कर लवे भावे कोई मेरे वर्गा निकम्मा बंदा बोल लवे जज्बाती गल्लां सुनते हासा बखौल करन दे आदि हो गईआं सी। कुछ भी इत्थे कई गल्लां दा मैं सोच रहा सी मैं भी हस रहा सी तुहाडे विच मैं पिछे नहीं कई गल्लां दे कीमती गल्लां जिन्हां दा जिहड़ा भाव है अंतरी भाव है ओह इन्ना डूंघा है असी ओहदी डूंघाई तक जांदे ही नहीं असी हस के केवल ते उत्थों उस गल दा मजाक समझ के गल छड्ड के दूर चले। लेकिन साडे अंदर गंभीरता नहीं रही जदों चेहरे ते गंभीरता ना रह जाए ना उदों चेहरा देख के लोकी कहिंदे सी उस चेहरे दे अंदर सहज है उहदे चेहरे ते नूर है उहदे विचों परखिया जांदा सी कि इहदे अंदर कोई कणी है। लेकिन अज साडा अंदर थोथा लग रहा अज इस धरती ते तुसीं बैठे हो मुबारक है जिन्हां वीरां ने जिन्हां प्रबंधकां ने इह उद्यम कर लिया और एडी सच्ची गल उह विशे उह गल्लां कहिण दा इत्थे यतन कर लिया है जिहड़ियां अज दे पंजाब च कहणियां होण तां फांसी दी सजा उत्थे तुहाडी पवेगी। फांसी इह नहीं कि उहनूं रस्से नाल लटका दिओ तुहानूं निचोड़ दित्ता जाएगा ऐसा निजाम उत्थे पैदा हो गया। इन्हां गल्लां ते चर्चा करन लई जिहड़ी आपां हुण कीती है कि इह तिन्ने चीजां बना दित्ती साडे अंदरों सिधांत भी खत्म हो गया साडे विचों जिहड़ा प्रबंध साडा जिहड़ा ग्रुप हो गया और उस तो बाद जिहड़ी गल साडे सामने आउंदी है उह है गल कि जिहड़ियां कौमां उही सरवाइव करदियां ने जिन्हां कौमां दा राज है। अज साधू वी बड़ा भुलेखा है कि जे असीं भारत च जांदे हां अज नहीं ते कुछ महीने पहलां असीं सोचदे सी कि पग वाला प्रधानमंत्री साडा राज है। पंजाब च जांदे हां तो उत्थे हमेशा ही पग वाला ही हुंदा उत्थे कोई दूजा हुंदा ही किते साडे जन्म तो पहला एक अद्धी वारी कोई बनिया लेकिन हुण ते पग तो बिना नहीं बने ते वार वार हुण नीली पग वाला भी बनता है जिहड़ा साडे वालों दिसदा है साडे वर्गा ते ओह भी बनता है जिहदे कोल सिखां दे पार्लीमेंट का भी प्रबंध है श्रोमणी गुरद्वारा प्रबंधक कमेटी का जिहदे आखे अकाल तख्त साहब का जथेदार भी हुक्मनामा जारी कर दिंदा है ओह मुख्यमंत्री बनता है। एडिया वड्डिया शक्तियां अज साडे सामने ने इह जिहड़ी सियासत है ਇਹ ਇਸ ਵੇਲੇ ਇੱਕ ਐਸਾ ਗੱਠਜੋੜ ਬਣ ਗਿਆ ਪੰਜਾਬ ਦੇ ਵਿੱਚ ਕਿਉਂਕਿ ਮੈਂ ਗੱਲ ਨਸ਼ੇ ਦੀ ਕਰਨੀ ਹੈ ਇਹ ਵਿਸ਼ਾ ਹੋਰ ਪਾਸੇ ਨੂੰ ਵੀ ਜਾਂਦਾ ਪਰ ਮੈਂ ਉਧਰੋਂ ਮੁੜ ਕੇ ਜਿੱਧਰ ਮੈਨੂੰ ਤੁਸੀਂ ਮੇਰੀ ਡਿਊਟੀ ਜਿਹੜੀ ਲਾਈ ਹੈ ਉਧਰ ਨੂੰ ਆਉਣਾ ਕਿ ਅੱਜ ਇੱਕ ਨਾਪਾਕ ਗੱਠਜੋੜ ਪੰਜਾਬ ਦੇ ਵਿੱਚ ਬਣ ਗਿਆ ਉਹ ਹੈ ਮਾੜੇ ਅਫਸਰਾਂ ਦਾ ਤੇ ਸਿਆਸਤ ਦਾ ਨਾਂ। ਜਦੋਂ ਇਹ ਦੋ ਬੰਦੇ ਇਕੱਠੇ ਹੋ ਜਾਂਦੇ ਆ ਉਸ ਵੇਲੇ ਜਿਹੜੀ ਸਾਰੀ ਮਰਯਾਦਾ ਜੀਵਨ ਜਿਉਣ ਦੀ ਜਿਹੜੀ ਸਮਾਜ ਨੂੰ ਚਲਾਉਣ ਦੀ ਉਹਦੇ ਵਿੱਚ ਵਿਗਾੜ ਪੈਦਾ ਹੋ। ਨਸ਼ਾ ਐਵੇਂ ਨਹੀਂ ਆਇਆ ਅੱਜ ਦੋਸ਼ ਲਾਉਂਦੀ ਹੈ ਹਿੰਦੁਸਤਾਨ ਦੀ ਸਰਕਾਰ ਦੋਸ਼ ਲਾਉਂਦੇ ਆ ਪੰਜਾਬ ਦੇ ਪ੍ਰਬੰਧਕ ਸ਼ਾਸਕ ਕਿ ਨਸ਼ਾ ਜਿਹੜਾ ਪਾਕਿਸਤਾਨ ਤੋਂ ਆਉਂਦਾ ਹੁਣ ਹਿੰਦੁਸਤਾਨ ਦੀ ਭਾਰਤ ਦੀ 537 ਕਿਲੋਮੀਟਰ ਲੰਬੀ ਸਰਹੱਦ ਲੱਗਦੀ ਹੈ ਪਾਕਿਸਤਾਨ ਦੇ ਨਾਲ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਉਹਦੇ ਤੇ ਸਾਰੀ ਤੇ ਕੰਡਿਆਰੀ ਤਾਰ ਲੱਗੀ ਹੋਈ ਹੈ ਜਿਹੜੀ 10 ਫੁੱਟ ਚੌੜੀ ਹੈ ਤੇ 14 ਫੁੱਟ ਉੱਚੀ ਹੈ ਔਰ ਕੱਲੀ ਤਾਰ ਨਹੀਂ ਉਸ ਤਾਰ ਦੇ ਵਿੱਚ ਬਿਜਲੀ ਦਾ ਕਰੰਟ ਹੈ ਪਿੰਡਾਂ ਨੂੰ ਬਿਜਲੀ ਮਿਲੇ ਨਾ ਮਿਲੇ ਜ਼ਿਮੀਦਾਰ ਦੇ ਟਿਊਬਲ ਨੂੰ ਬਿਜਲੀ ਮਿਲੇ ਨਾ ਮਿਲੇ ਉਸ ਤਾਰ 'ਚ ਬਿਜਲੀ ਦਾ ਕਰੰਟ 24 ਘੰਟੇ ਨਿਰੰਤਰ ਰਹਿਣਾ ਫਿਰ ਤਾਰ ਦੇ ਪਿਛਲੇ ਪਾਸੇ BSF ਦਾ ਪਹਿਰਾ BSF ਤੋਂ ਪਿਛਲੇ ਪਾਸੇ ਪੰਜਾਬ ਪੁਲਿਸ ਦੀਆਂ ਚੌਕੀਆਂ ਚੌਕੀਆਂ ਤੋਂ ਪਿੱਛੇ ਹੱਟ ਕੇ ਥੋੜਾ
उथे आर्मी बैठी और केवल ये नहीं उथे एजेंसियां रा उथे बैठी है, आई भी उथे बैठी है, इंटेलिजेंस स्टेट उथे बैठी है, इथे भी बस नहीं जे उदे ऊपर सैटेलाइट दा पैरा स्पाइस सैटेलाइट जिहड़ा कीड़ी भी देखदा तुर जांदी सरहद तों कौन लगदी है फिर नशा कित्थों आउंदा ਸਾਡੇ ਸਿਆਸਤਦਾਨ ਤੇ ਅਫਸਰ ਉਹਨਾਂ ਦੀ ਮਰਜ਼ੀ ਤੋਂ ਬਿਨਾ ਨਸ਼ਾ ਪੰਜਾਬ 'ਚ ਨਹੀਂ ਆਉਂਦਾ ਔਰ ਪਿੱਛੇ ਜੇ ਨਾ ਆਏ ਨੇ ਮੰਤਰੀਆਂ ਦੇ ਜਿਹੜੇ ਨਸ਼ੇ 'ਚ ਵੱਡੇ ਤਸਕਰ ਫੜੇ ਗਏ ਆ ਹੁਣ ਤਾਂ ਐਵੇਂ ਰੋਜ਼ ਖਬਰ ਬਣਦੀ ਹੈ ਕਿਸੇ ਦਾ ਬੱਚਾ ਕੋਈ ਗੁੰਮਰਾਹ ਹੋ ਗਿਆ ਨਸ਼ਾ ਖਾਂਦਾ ਉਹਨੂੰ ਫੜ ਕੇ ਕਹਿਤਾ ਵੀ ਅਸੀਂ ਨਸ਼ੇ ਵਾਲਾ ਫੜ ਲਿਆ ਜਿਹਦਾ ਲੋਕਾਂ 'ਤੇ ਅਰਬਾਂ ਰੁਪਏ ਦਾ ਨਸ਼ਾ ਵੇਚਣ ਦਾ ਦੋਸ਼ ਨਸ਼ੇ ਦੇ ਤਸਕਰਾਂ ਨੇ ਲਾਇਆ ਕਿ ਆਹ ਸਾਡੇ ਭਾਈਵਾਲ ਨੇ ਉਹਨਾਂ ਦੀ ਕੋਈ ਇਨਕੁਆਰੀ ਨਹੀਂ ਉਹਨਾਂ ਨੂੰ ਕੋਈ ਨਹੀਂ ਫੜਦਾ ਕਿਉਂਕਿ ਜੇ ਉਹ ਫੜੇ ਜਾਂਦੇ ਆ ਤਾਂ ਅਫਸਰਾਂ ਦੇ ਪਰਦੇ ਵੀ ਨਾਲ ਖੁੱਲਦੇ ਜਦੋਂ ਪੰਜਾਬ ਦੇ ਵਿੱਚ ਕਾਲਾ ਦੌਰ ਸੀ ਅਸੀਂ ਉਹ ਬੜਾ ਬੁਰੀ ਤਰ੍ਹਾਂ ਹੰਢਾਇਆ ਤਾਂ ਤੁਹਾਡੇ ਚ ਬਹੁਤੇ ਸੱਜਣ ਉਹਨਾਂ ਦਿਨਾਂ ਚ ਅਮਰੀਕਾ ਕਨੇਡਾ ਨਿਕਲ ਗਏ ਬਚ ਗਏ ਪਰ ਸਾਨੂੰ ਪਤਾ ਕੀ ਕੁਛ ਚੱਲਿਆ ਉਸ ਦੌਰ ਦੇ ਉਦੋਂ ਇਹੀ ਪੁਲਿਸ ਅਫਸਰ ਖੁਦ ਕਹਿੰਦੇ ਸੀ ਕਿ ਭਾਈ ਤੇਰਾ ਦਿਲ ਕਰਦਾ ਤੂੰ ਭੁੱਕੀ ਵੇਚਣਾ ਤੂੰ ਫੀਮ ਵੇਚਣਾ ਸਾਨੂੰ ਮਾੜੀ ਜਿਹੀ ਤਲਾਹ ਦੇ ਕਿਹੜਾ ਮੁੰਡਾ ਮਾੜਾ ਮੁੰਡਾ ਗਰਮ ਖਿਆਲ ਰੱਖਦਾ ਤੇ ਖਿੱਚ ਕੇ ਲੈਂਦਾ ਸੀ ਮਾਰ ਦਿੱਤਾ ਜਾਂਦਾ ਸੀ ਇਹ ਨਸ਼ਿਆਂ ਦੀ ਇੱਲਤ ਉਦੋਂ ਭੁੱਕੀਆਂ ਤੇ ਫੀਮਾਂ ਦੀ ਸੀ ਅੱਜ ਨਸ਼ਾ ਜਿਹੜਾ ਉਹ ਹਸ਼ੀਸ਼ ਤੇ ਹੈਰੋਇਨ ਤੱਕ ਪਹੁੰਚ ਗਿਆ ਸਮੈਕ ਤੱਕ ਪਹੁੰਚ ਗਿਆ ਅੱਜ ਵੀ ਕੋਈ ਸਮੈਕ ਵੇਚਣ ਵਾਲਾ ਅਖਬਾਰ ਨਹੀਂ ਆਉਂਦਾ ਉੱਥੋਂ ਦੇ ਸਿਆਸਤਦਾਨ ਤੇ ਅਫਸਰ ਨੇ ਜਿਹੜੇ ਰਲ ਕੇ ਵੇਚਦੇ ਨੇ ਵੱਡੇ ਤਸਕਰ ਨੇ ਉਹਨਾਂ ਦੇ ਤਾਰ ਇੱਥੇ ਤੱਕ ਵੀ ਜੁੜੇ ਹੋਏ ਨੇ ਮੈਂ ਇੱਕ ਦਿਨ ਹੁਣ ਤੇ ਮੈਨੂੰ ਯਾਦ ਨਹੀਂ ਡੇਢ ਸਾਲ ਦੀ ਗੱਲ ਹੈ ਇੱਕ ਦਿਨ ਯਾਦ ਕਰਦਾ ਰਿਹਾ ਮੈਂ ਕਿ ਫਲਾਣਾ ਨੌਜਵਾਨ ਨਸ਼ੇ ਦਾ ਆਪਸ ਦੇ ਵਿੱਚ ਜਿਹੜਾ ਨਸ਼ੇੜੀਆਂ ਦਾ ਨਸ਼ੇ ਤਸਕਰਾਂ ਦਾ ਗੈਂਗ ਹੈ ਗੋਲੀ ਨਾਲ ਮਾਰਿਆ ਗਿਆ ਮੈਂ ਗਿਣਦਾ ਰਿਹਾ ਕੈਨੇਡਾ ਦੀਆਂ ਤੇ ਉੱਥੋਂ ਦੀਆਂ ਸਾਰੀਆਂ ਮੈਂ ਅੰਦਾਜ਼ੇ ਤੇ ਪਹੁੰਚਿਆ ਕਿ 128 ਬੰਦੇ ਹੁਣ ਤੱਕ ਨਸ਼ੇ ਦੇ ਰੌਲੇ ਦੇ ਵਿੱਚ ਵਿਦੇਸ਼ਾਂ 'ਚ ਵੀ ਕਤਲ ਹੋ ਚੁੱਕੇ ਨੇ ਸਾਡੇ ਸਿੱਖਾਂ ਦੇ ਵਿੱਚ ਕੌਣ ਲਾ ਰਿਹਾ ਸਰ ਉਹ ਸਿਸਟਮ ਜਿਹੜਾ ਚਾਹੁੰਦਾ ਹੈ ਕਿਉਂਕਿ ਜੇ ਕਿਸੇ ਕੌਮ ਨੂੰ ਬਰਬਾਦ ਕਰਨਾ ਹੋਵੇ ਗੁਰੂ ਨਾਨਕ ਨੇ ਆਪਣੀ ਕੌਮ ਨੂੰ ਗੁਰੂ ਗੋਬਿੰਦ ਸਿੰਘ ਨੇ ਆਪਣੀ ਕੌਮ ਨੂੰ ਉਹ ਸੰਸਕਾਰ ਦਿੱਤੇ ਹੈ ਇਹਨਾਂ ਨੂੰ ਤੋੜਨਾ ਕਿਸੇ ਦੇ ਵੱਸ ਦੀ ਗੱਲ ਨਹੀਂ ਅਜੇ ਤੱਕ ਜ਼ੋਰ ਲਾ ਲਾ ਕੇ ਇੰਨੀ ਦੇਰ ਤੋਂ ਇੰਨੇ ਸਾਧਨ ਵਰਤ ਕੇ ਰਾਜ ਵੀ ਹੋਣੀ ਕੌਮ ਨੂੰ ਅਜੇ ਤੱਕ ਇਹ ਖਤਮ ਨਹੀਂ ਹੋ ਕਰ ਸਕੇ ਉਹਦਾ ਕਾਰਨ ਇਹ ਨਹੀਂ ਕਰਾਮਾਤ ਦੀ ਗੱਲ ਕੋਈ ਨਹੀਂ ਗੁਰੂ ਦਾ ਭਰੋਸਾ ਹੈ ਗੁਰੂ ਨੇ ਜਿਹੜਾ ਸਾਡੇ ਤੇ ਕੀਤਾ ਜਿਹੜੇ ਉਹਨਾਂ ਨੇ ਕਿਹਾ ਨਾ ਕਿ ਮੇਰੇ ਪ੍ਰਾਣ ਪੰਥ ਵਿੱਚ ਹੋਣਗੇ ਜੇ ਉੱਥੇ ਘੇਰ ਲਿਆ ਪੰਥ ਤੇ ਆ ਲਿਆਨਾ ਵਿੱਚ ਪੰਥ ਬੋਲ ਪਏ ਇੱਥੇ ਖੜੇ ਨੇ ਜਾਗਦੇ ਸਿਰੇ ਇੱਥੇ ਬੈਠੇ ਨੇ ਉਹਨਾਂ ਨੇ ਉੱਠ ਕੇ ਕਮਾਨ ਸੰਭਾਲ ਲਈ ਪਰ ਉਹ ਲੋਕੀ ਯਤਨਸ਼ੀਲ ਨੇ ਜਦੋਂ ਤੁਸੀਂ ਕਿਸੇ ਕੌਮ ਨੂੰ ਬਰਬਾਦ ਕਰਨਾ ਹੈ ਕਿਸੇ ਦਾ ਬੇੜਾ ਗਰਕ ਕਰਨਾ ਹੈ ਕਿਸੇ ਦਾ ਸਭ ਤੋਂ ਪਹਿਲਾਂ ਉਹਦੀ ਐਜੂਕੇਸ਼ਨ ਖੋਹੀ ਜਾਂਦੀ ਹੈ ਅੱਜ ਪੰਜਾਬ ਦੇ ਵਿੱਚ ਇਹ ਨਹੀਂ ਕਿ ਐਜੂਕੇਸ਼ਨ ਨਹੀਂ ਹਰ ਪਿੰਡ ਦੇ ਬਾਹਰ ਇੱਕ ਸਕੂਲ ਹੈ ਜਿੰਨੇ ਡੇਰੇ ਨੇ ਸਕੂਲ ਵੀ ਉਨੇ ਨੇ ਠੇਕੇ ਵੀ ਉਨੇ ਨੇ ਸ਼ਰਾਬ ਦੇ ਜੇ ਗਿਣਤੀ ਕਰੀਏ ਗੁਰਦੁਆਰੇ ਵੀ ਉਨੇ ਘੱਟ ਕੋਈ ਚੀਜ਼ ਨਹੀਂ ਜੇ ਇੱਕ ਪਿੰਡ 'ਚ ਇੱਕ ਦੋ ਗੁਰਦੁਆਰੇ ਤਾਂ ਬਾਹਰ ਠੇਕਾ ਵੀ ਸੜਕ ਨੇ ਅੰਗਰੇਜ਼ੀ ਤੇ ਇੱਕ ਦੇਸੀ ਦਾ ਹੈ ਗਿਣਤੀ ਕਰ ਲਓ ਸਭ ਤੋਂ ਪਹਿਲਾਂ ਐਜੂਕੇਸ਼ਨ ਖੋਹੀ ਜਾਂਦੀ ਹੈ ਅੱਜ ਉੱਥੇ ਐਜੂਕੇਸ਼ਨ ਦਾ ਮਿਆਰ ਡਿੱਗ ਚੁੱਕਾ ਸਾਡੇ ਬਰਨਾਲੇ ਦੇ ਵਿੱਚ ਇੱਕ ਬਹੁਤ ਵੱਡੀ ਫੈਕਟਰੀ ਹੈ ਜਿੱਥੇ 12,000 ਮੁਲਾਜ਼ਮ ਕੰਮ ਕਰਦਾ ਉਹਨੂੰ ਮੈਂ ਫੈਕਟਰੀ ਨੂੰ ਬਣਦੇ ਦੇਖਿਆ ਇੱਕ ਬੀਜ ਤੋਂ ਵੱਡਾ ਦਰਖਤ ਬਣਦੇ ਦੇਖਿਆ ਉਹਦੇ ਪ੍ਰਬੰਧਕਾਂ ਦੇ ਕੋਲ ਮੈਂ ਇੱਕ ਬੱਚੇ ਨੂੰ ਲੈ ਕੇ ਗਿਆ ਲੋੜ ਸੀ ਉਸ ਘਰ ਨੂੰ ਕਿ ਸਾਡੇ ਬੱਚੇ ਨੂੰ ਨੌਕਰੀ ਮਿਲੇ ਮੈਂ ਕਿਹਾ ਇਸ ਬੱਚੇ ਨੂੰ ਨੌਕਰੀ ਦੇ ਦਿਓ ਇਹਨੇ ਆ ਕੀਤੀ ਹੋਈ ਹੈ MCA ਕਹਿੰਦਾ ਕਿੱਥੋਂ ਕੀਤੀ ਉਹਦਾ ਪਹਿਲਾ ਕੁਐਸਚਨ ਸੀ ਕੋਈ ਕਾਗਜ਼ ਨਹੀਂ ਦੇਖਿਆ ਮੈਂ ਕਿਹਾ ਜੀ ਇਹ ਭਾਈ ਗੁਰਦਾਸ ਇੰਸਟੀਚਿਊਟ ਤੋਂ ਕਰਕੇ ਆਇਆ ਸੰਗਰੂਰ ਤੋਂ ਕਹਿੰਦਾ ਫੇਰ ਨਹੀਂ ਸੀ ਰੱਖ ਸਕਦਾ ਮੈਂ ਕਿਹਾ ਕਾਰਨ ਕੀ ਹੈ ਮੈਂ ਕਿਹਾ ਜੀ 82-83% ਨੰਬਰ ਹੈ ਕਹਿੰਦਾ ਜੀ ਤੁਸੀਂ ਬੰਗਲੌਰ ਦਾ ਪੜ੍ਹਿਆ ਮੁੰਡਾ ਲਾਇਓ ਉਹਦੇ 67% ਹੋਰ ਸਤਿਗੁਰੂ ਆ ਨੇ ਤੁਸੀਂ ਦਿੱਲੀ ਦਾ ਪੜ੍ਹਿਆ ਲਾਇਓ ਉਹਦੇ 68% ਹੋਰ ਮੰਨ ਲਵਾਂਗੇ ਚੰਡੀਗੜ੍ਹ ਦਾ ਤੁਸੀਂ ਪੜ੍ਹਿਆ ਲਾਇਓ ਪੈਕ ਦਾ ਤਾਂ ਉਹਦੇ ਵੀ ਸਾਨੂੰ ਪ੍ਰਵਾਨ ਹੈ ਜੇ 70% ਹੋਣ ਪਰ ਹੋਰ ਜੇ ਕਿਸੇ ਕਾਲਜ ਦਾ ਲਿਆਓਗੇ ਅਸੀਂ 90% ਵੀ ਲੈਣੇ ਤਿਆਰ ਡਿਗਰੀ ਤਾਂ ਉਹਨੇ ਵੀ ਕੀਤੀ ਹੈ ਹੁਣ ਕਾਰਨ ਕੀ ਹੈ ਕਿ ਪੰਜਾਬ ਵਿੱਚੋਂ ਪੜ੍ਹਾਈ ਦਾ ਮਿਆਰ ਹੈ ਜਿਹੜਾ ਖਤਮ ਹੋ ਗਿਆ ਤੇ ਬੱਚੇ ਫਰਸਟ੍ਰੇਟ ਹੋ ਗਏ
ਕੈਨੇਡਾ ਅਮਰੀਕਾ ਦੇ ਵੀਜ਼ੇ ਨੂੰ ਭੱਜਦੇ ਨੇ, ਵੀਜ਼ਾ ਕਿਹੜਾ ਮਿਲਦਾ ਸੌਖਾ, ਏਜੰਟ ਨੂੰ ਪੈਸੇ ਦੇ ਬੈਠਦੇ ਆ, ਬਰਬਾਦ ਹੋ ਜਾਂਦਾ ਘਰ। ਫਿਰ ਉਸ ਤੋਂ ਬਾਅਦ ਇੱਕੋ ਹੀ ਸਹਾਰਾ ਰਹਿੰਦਾ ਕਿ ਸੱਜਣਾ ਇੱਕ ਕੁੜੀ ਲੈ ਲਾ ਤੇ ਜਾਦੇ ਚੜ੍ਹ। ਜਦੋਂ ਇੱਕ ਕੁੜੀ ਮੂੰਹ ਨੂੰ ਇੱਕ ਵਾਰੀ ਲੱਗ ਗਈ, ਇਹ ਸਵਾਦ ਐਸਾ ਗੁੜਕੇ ਨੂੰ ਕੁਛ ਛੱਡ ਨਹੀਂ ਸਕਦਾ। ਬੰਦਾ ਸਰੀਰ ਤਾਂ ਛੱਡ ਜੂਗਾ ਪਰ ਇਹ ਨਸ਼ਾ ਨਹੀਂ ਛੱਡਦਾ ਬਿਲਕੁਲ। ਇਹ ਹਾਲਤ ਪੰਜਾਬ ਦੀ ਬਣੀ। ਦੂਸਰੀ ਰਹੀ ਗੱਲ ਕਿ ਸਾਡੇ ਨੌਜਵਾਨਾਂ ਦੇ ਵਿੱਚ ਸਮਾਜਿਕ ਤੌਰ ਤੇ ਅੱਜ ਜਿਹੜੀ ਕੌਮ ਹੈ ਮੇਰੀ, ਉਹ ਆਗੂ ਵੀ ਹੋਣੀ ਹੈ। ਪੰਜਾਬ ਦੇ ਵਿੱਚ ਜਿਹੜਾ ਕੁਛ ਮੈਂ ਕਰ ਰਿਹਾ, ਤੁਸੀਂ ਕਰ ਰਹੇ ਹੋ, ਹੋਰ ਕਰ ਰਿਹਾ, ਅਸੀਂ ਆਪ ਹੋਵਾਂਗੇ। ਗੁਰੂ ਨੇ ਕੋਈ ਜਥੇਬੰਦੀ ਨਹੀਂ ਬਣਾਈ, ਗੁਰੂ ਪਾਤਸ਼ਾਹ ਨੇ ਪੰਥ ਬਣਾਇਆ ਸੀ ਤੇ ਅਸੀਂ ਸਾਡੀ ਆਪਣੀ ਆਪਣੀ ਹੋਮੀ ਹੈ। ਅਸੀਂ ਕਹਿ ਰਹੇ ਮੇਰੇ ਸਾਡੀ ਪੰਥ ਕੇ ਜਥੇਬੰਦੀ ਹੈ, ਤੇਰਾ ਚੁੱਲਾ ਉਹਦੇ ਨਾਲ ਕਿਉਂ ਨਹੀਂ ਬਣਦਾ, ਤੂੰ ਵੱਖਰੀ ਕਿਉਂ ਬਾਲ। ਜੇ ਸਾਡਾ ਕੋਈ ਫਰਕ ਹੈ, ਅੰਦਰ ਬੈਠ ਕੇ ਦੂਰ ਹੋ ਸਕਦਾ ਹੈ। ਮੈਂ ਹੈਰਾਨ ਹਾਂ ਕਿ ਉਹੀ ਲੋਕ ਮਰੇ ਵੀ ਜਾਂਦੇ ਆ, ਸਰਕਾਰ ਦੀਆਂ ਜੁੱਤੀਆਂ ਵੀ ਖਾਈ ਜਾਂਦੇ ਆ ਤੇ ਆਪਸ ਚ ਮਿਲ ਕੇ ਬੈਠਣ ਨੂੰ ਤਿਆਰ ਨਹੀਂ। ਜਿਹੜੇ ਰਾਜ ਕਰਨ ਵਾਲੇ ਕਿੰਨੇ ਕੁ ਲੋਕ ਨੇ, ਉਹ ਏਕਤਾ ਕਰਕੇ ਬੈਠੇ ਆ, ਭਾਵੇਂ ਬੇਈਮਾਨੀ ਉਹਨਾਂ ਦੇ ਮਨ ਚ, ਉਹਨਾਂ ਨੇ ਕੌਮ ਦਾ ਨਹੀਂ ਸੋਚਣਾ, ਲੇਕਿਨ ਉਹ ਆਪਣੇ ਕੰਮ ਚ ਤਾਂ ਕਾਮਯਾਬ ਨੇ। ਰਾਜ ਉਹਨਾਂ ਦੇ ਕੋਲ ਆ, ਲੁੱਟੋ ਕਰੀ ਜਾਂਦੇ ਆ। ਉਹ ਅਸੀਂ ਗੁਰੂ ਨਹੀਂ ਲੜਨਾ, ਕੌਮ ਨਹੀਂ ਲੜਨਾ, ਸਿਧਾਂਤਾਂ ਨਹੀਂ ਲੜਨਾ। ਕੁੱਟ ਸਾਨੂੰ ਪੈ ਰਹੀ ਆ, ਮਾਰ ਅਸੀਂ ਰਹੇ ਹਾਂ, ਜੁੱਤੀਆਂ ਸਾਨੂੰ ਪੈ ਰਹੀ ਆ ਰੋਜ਼, ਤੇ ਸਾਡੇ ਚ ਕੋਈ ਇਕੱਠੇ ਹੋ ਕੇ ਤਿਆਰ ਨਹੀਂ। ਉਹੀ ਗੱਲ ਕਰ ਲਓ, ਭਾਵੇਂ ਪੰਜਾਬ ਦੇ ਵਿੱਚ ਵੱਡੇ ਵੱਡੇ ਨਾਅਰੇ ਲੱਗਦੇ ਆ, ਕੋਈ ਕਹਿੰਦਾ ਆਜ਼ਾਦੀ ਦੀ ਗੱਲ, ਕਿਹੜਾ ਸਿੱਖ ਆਜ਼ਾਦੀ ਨਹੀਂ ਚਾਹੁੰਦਾ। ਜਦੋਂ ਖਾਲਸਾ ਲਫ਼ਜ਼ ਜਿਸ ਬੋਲੀ ਚੋਂ ਆਇਆ ਹੈ, ਉੱਥੇ ਕਦੇ ਖਾਲਸੇ ਦੇ ਅਰਥ ਤਾਂ ਪੜ੍ਹ ਕੇ ਦੇਖੋ। ਜਗੀਰੇ ਖਾਲਸਾ, ਜਿਹਦੇ ਤੇ ਕੋਈ ਕਬਜ਼ਾ ਹੀ ਨਹੀਂ ਕਿਸੇ ਦਾ, ਡਾਇਰੈਕਟ ਬਾਦਸ਼ਾਹ ਦਾ ਅਧਿਕਾਰ ਹੈ ਉਹ। ਅਸੀਂ ਤਾਂ, ਸਾਨੂੰ ਗੁਰੂ ਨੇ ਬਣਾਇਆ ਹੀ ਯਾਦ ਹੈ, ਆਜ਼ਾਦੀ ਹਰ ਬੰਦਾ ਚਾਹੁੰਦਾ। ਤੇ ਜਿਹੜੇ ਆਜ਼ਾਦੀ ਲਈ ਹੁਣ ਤੱਕ ਕੁਰਬਾਨੀਆਂ ਦੇ ਗਏ ਆ, ਮੌਤ ਨੂੰ ਗੱਲ ਲਾ ਗਏ, ਜਿਹੜੇ ਜਲਾਵਤਨ ਹੋਏ ਉੱਥੇ ਵੀ ਕੁਰਬਾਨੀਆਂ ਲਈ, ਕੁੱਟ ਖਾ ਕੇ ਜਿਹਨਾਂ ਨੇ ਗੋਡੇ ਤੜਵਾ ਲਏ ਆ, ਜਾਇਦਾਦਾਂ ਬਰਬਾਦ ਕਰਵਾ ਲਈਆਂ, ਮੋਬਾਈਲ ਕੈਮਰਾ ਸਿੱਧਾ ਉਹਨਾਂ। ਲੇਕਿਨ ਅਸੀਂ ਜੇ ਕੋਈ ਗੱਲ ਕਰਨੀ ਹੈ, ਅਸੀਂ ਉਹੀ ਗੱਲ ਜਿਹੜੀ ਮੈਂ ਚਿਹਰੇ ਵਾਲੀ ਪਈ ਸੀ, ਚਿਹਰਾ ਗਵਾਚ ਗਿਆ ਸਾਡਾ ਜਦੋਂ ਅਸੀਂ ਕੋਈ ਗੱਲ ਕਰਦੇ ਹਾਂ ਕਿਸੇ ਨੂੰ ਖਾ ਜਾਣ। ਜੇ ਗੱਲ ਕਰਨੀ ਹੈ, ਗੱਲ ਸਮਝਾਉਣ ਦਾ ਤਰੀਕਾ ਹੀ ਭੁੱਲ ਗਿਆ, ਸਾਹਮਣੇ ਕੌਣ ਬੈਠਾ, ਗੱਲ ਕਿਹਦੇ ਨਾਲ ਕਰ ਰਹੇ ਹਾਂ ਅਸੀਂ। ਅਸੀਂ ਜਦੋਂ ਗੱਲ ਕਰਦੇ ਹਾਂ ਆਪੇ ਤੋਂ ਬਾਹਰ ਹੋ ਕੇ। ਜੇ ਆਜ਼ਾਦੀ ਦੀ ਗੱਲ ਕਰਨੀ ਹੈ, ਕੋਈ ਨਹੀਂ ਰੋਕਦਾ, ਮੈਨੂੰ ਜੋ ਕਹੋ, ਭਾਵੇਂ ਮੁੰਡਲ ਤੇ ਆਰਟੀਕਲ ਆਉਂਦਾ ਮੇਰੇ ਨਾਲ ਲਿਖਿਆ, ਲਿਖਦਾ ਆਜ਼ਾਦੀ ਤੇ ਰੋਜ਼ ਲਿਖਦਾ, ਸਿੱਖਾਂ ਨੂੰ ਆਜ਼ਾਦੀ ਚਾਹੀਦੀ, ਕਹੋ, ਲਲਕਾਰ ਕੇ ਕਹੋ, ਕੋਈ ਨਹੀਂ ਰੋਕਦਾ। ਪਰ ਜਦੋਂ ਤੁਸੀਂ ਕਹੋਗੇ ਕਿ ਆਹ ਸਾਰੇ ਮਾਰ ਦੇਣੇ ਆ, ਸਾਨੂੰ ਇਹਨਾਂ ਦੀ ਲੋੜ ਨਹੀਂ, ਉਦੋਂ ਤੁਹਾਡੇ ਤੇ ਮੁਕੱਦਮਾ ਦਰਜ ਹੋਊ। ਤੇ ਦੂਸਰੀ ਗੱਲ ਇਹ ਹੈ ਕਿ ਜਦੋਂ ਗੱਲ ਅਸੀਂ ਲੋਕਾਂ ਨੂੰ ਨਾਲ ਲੈ ਕੇ, ਗੁਰੂ ਨਾਨਕ ਦੇ ਘਰ ਚ ਕਿਸੇ ਦੀ ਮੌਤ ਤੇ ਸਿਆਸਤ ਕਰਨ ਬਾਰੇ ਨਹੀਂ ਲਿਖਿਆ ਹੈ ਸਿੱਖ ਸਿਧਾਂਤਾਂ ਚ, ਇਹ ਨਹੀਂ ਕਿ ਕਿਸੇ ਦਾ ਘਰ ਉਲਾੜ ਕੇ ਤੂੰ ਆਪਣਾ ਘਰ ਬਣਾ ਲੈਣਾ। ਗੁਰੂ ਨੇ ਤੇ ਤਕੀਦ ਕੀਤੀ ਹੈ ਵੀ ਤੂੰ ਕਿਵੇਂ ਰਹਿਣਾ ਹੈ। ਹੁਣ ਤਾਂ ਜੋਗੀਆਂ ਨੇ ਵੀ ਕਿਹਾ, ਕੰਚਨ ਮਹਿੰਦਰ ਰਹੀਏ ਜੋਗ ਜੁਗ ਦੇ ਪਾਈ, ਜਾ ਕੇ ਰਹਿ ਲਾਉਂਗੇ ਜਿਵੇਂ ਆਪ ਸੁਰ ਮਾਰੇ ਦਾ, ਤੈਨੂੰ ਕੋਈ ਨਹੀਂ ਰੋਕਦਾ ਸੰਸਾਰ ਤੋਂ। ਪਰ ਗੱਲ ਕੀ ਹੈ, ਬਰੀਕ ਹੋ ਜਾ ਪਤਾ ਲੱਗਾ, ਆਪਣੇ ਆਪ ਨੂੰ ਇੰਨਾ ਬਣਾ ਲਾ, ਇਸ ਕਾਬਲ ਬਣਾ ਲਾ ਤੇ ਅੱਜ ਉੱਥੇ ਗੱਲ ਕਰੀਏ। ਲੇਕਿਨ ਉੱਥੇ ਜਦੋਂ ਅਸੀਂ ਗੱਲ ਕਰਦੇ ਹਾਂ, ਜਥੇਬੰਦੀਆਂ ਬਣਾ ਕੇ, ਪੰਥਕ ਜਥੇਬੰਦੀਆਂ, ਇੱਕ ਦੂਜੇ ਤੋਂ ਅੱਗੇ ਹੋ ਕੇ, ਮੈਂ ਆਜ਼ਾਦੀ ਲਈ ਲੜਦਾ, ਦੂਜਾ ਕਹਿੰਦਾ ਮੈਂ ਇਸ ਗੱਲ ਲਈ ਲੜਦਾ, ਤੀਜੇ ਲਈ ਲੜਦਾ, ਆਜ਼ਾਦੀ ਕਿੰਨਾ ਨਹੀਂ ਲੈਣਾ ਜਿਹਨਾਂ ਦਾ ਸਰੂਪ ਹੀ ਖਤਮ ਹੋ ਚੱਲਿਆ, ਆਜ਼ਾਦੀ ਕਿਹਦੇ ਲਈ ਲਾਉਣੀ, ਤੇ ਤੂੰ ਸਿੱਖ ਹੀ ਨਹੀਂ ਰਹੂਗਾ ਤੇ ਕੀ ਕਿਸ ਕੰਮ ਹੈ ਆਜ਼ਾਦੀ। ਅੱਜ ਉੱਥੇ ਇਹਨੂੰ ਸਾਰੀ ਗੱਲ ਨੂੰ ਸੰਭਾਲਣ ਦੀ, ਸਵਾਰਨ ਦੀ, ਵਿਉਂਤਬੰਦੀ ਦੀ ਲੋੜ ਹੈ। ਪੰਜਾਬ ਦੇ ਵਿੱਚ ਨੌਜਵਾਨ ਤੁਹਾਡਾ ਨਸ਼ੇਬੰਦ ਤੁਰ ਗਿਆ, ਔਰ ਇੱਕ ਸਭ ਤੋਂ ਖਤਰਨਾਕ ਰੁਝਾਨ ਜਿਹੜਾ, ਇਹ ਗੱਲਾਂ ਮੈਂ ਤੁਹਾਡੇ ਕੋਲੋਂ ਇੱਥੋਂ ਲਈਆਂ, ਤੁਸੀਂ ਇੱਥੇ ਚਿੰਤਾ ਕੀਤੀ ਹੈ ਥੋੜ੍ਹੀ ਥੋੜ੍ਹੀ, ਮੈਨੂੰ ਪਤਾ ਉਹ ਬੁਲਾਰੇ ਘੰਟਿਆਂ ਵੱਧ ਹੀ ਬੋਲ ਸਕਦੇ ਸੀ, ਪਰ ਸਮੇਂ ਦੀ ਨਜ਼ਾਕਤ ਦੇ ਅਨੁਸਾਰ ਜਿਹਨਾਂ ਨੇ ਸਮਾਂ ਦਿੱਤਾ, ਸਭ ਤੋਂ ਵੱਡਾ ਜਿਹੜਾ ਜਾਤ ਪਾਤ ਦਾ ਕੋਲ, ਜਿਹੜੀ ਕੌਮ ਨੂੰ ਖਤਮ ਕਰਨਾ ਹੋਵੇ, ਉਹਦੀ ਐਜੂਕੇਸ਼ਨ ਖੋਲੋ, ਉਹਨੂੰ ਨਸ਼ੇ ਤੇ ਲਾ ਦਿਓ ਤੇ ਉਹਦੇ ਵਿੱਚ ਵੰਡੀਆਂ ਪਾ ਦਿਓ। ਗੁਰੂ ਨਾਨਕ ਦੀ ਲੜਾਈ ਵਰਨਵਾਦ ਦੇ ਵਿਰੁੱਧ ਸੀ, ਤੇ ਅੱਜ ਅਸੀਂ ਵਰਨਵਾਦ ਸਾਡੇ ਘਰੇ ਆ ਮੜਿਆ, ਪ੍ਰਾਹੁਣਾ ਬਣ ਕੇ ਚੁੱਕ ਕੇ ਲੈ ਆਇਆ ਘਰੇ ਸੀ। ਅੱਜ ਪੰਜਾਬ ਦੇ ਵਿੱਚ ਡੇਰੇ ਨੇ, ਜਿਹਨਾਂ ਡੇਰਿਆਂ ਦੇ ਵਿੱਚ, ਖਾਸ ਕਰਕੇ ਮੈਨੂੰ ਨਾਂ ਲੈਣ ਤੋਂ ਮੁਕਰੇ ਜੀ ਨਹੀਂ, ਮੈਂ ਰੋਜ਼ ਲਿਖਦਾ ਅਖਬਾਰ ਦੇ ਵਿੱਚ, ਰੂਮੀ ਵਾਲਾ ਡੇਰਾ, ਰੂਮੀ ਵਾਲੇ ਡੇਰੇ ਦੇ ਵਿੱਚ ਭਾਂਡੇ ਅੱਡੋ ਅੱਡ,
बदनी वाला डेरा है, भांडे अड्डे वाले ने, इतने बस नहीं एक वड्डा डेरा है जिहड़ा सब तो वड्डा पंथ दा दावेदार है, उन्होंने पैरोकार उन्होंने घर बच्ची खेलती है उन्होंने। एक गुरसिख बारों आया अमृतधारी गुरसिख, अमृतधारी है किसी काम आया, उन्हें बच्ची ने चुक लिया घर ढाई तीन साल की बच्ची, बच्चे ने अपना कौन नहीं प्यार करता, अधिका जहा बच्चा हमने इतने फिरता से मेरा भी दिल करता से इन्हू फड़ के प्यार करा, भज गया छोटी बच्ची चुक के उन्हें गल ना ला ले प्यार किया, लेकिन जिसकी बच्ची से वड्डा प्रचारक है अपने आप दावेदार है कि मेरे साडी जथेबंदी सब तो वड्डी कौम की ठेकेदार है, असी जे असी ना होइए तो पंथ ही नहीं हो सकता, उन्होंने एक रंग आ रहा है जा रहा है। उस बंदे ने तलीम ना गल नहीं की, तलवीद ना दो मिनट वे गल करके वह बंदा निकलिया तो उन्हें अपनी कुड़ी को फड़िया बच्ची को जिथे रोज गड़वट कड़ा मानता है उसके कपड़े ला के मिट रेते सुट लिया, कुड़ी रो रही है तो रगड़ा मार रहा मिट्टी जो तो ना लिखना ना लिखना सोधी लख लहन ऐसी सुधाई। ये गुरु नानक ने गुरु गोबिंद सिंह पातशाह ने दस जामे घालना घाल के वो एडे एडे कष्ट शहादत दे के तपिया तपिया से फड़ के दिल्ली के चांदनी चौक से शीस कटवा के निके निके बाल नीयां च चना के आ गुरु ने लैके दिता सी वी तुसीं जे दूजा गुरसिख तुहाडी धी नूं तुहाडे पुत्तर नूं प्यार नाल कितें हाथ ला देवे मिट्टी ना रगड़ के सुची कर लो लख लान फिर फिटे मूह है ऐसी सिखी दे जे एनू सिखी कहते इतने हालात खड़ा है दर्द तुहाडे नाल किवें जुड़ेगा। पंजाब दे विच जे डेरावाद की गल करते हो तुसीं अज नौजवान बहुत भज्जिया डेरिया पर तुसीं सरसे चले जाओ होर किसी डेरे च चले जाओ दलदल दे धक्के मार मार असीं कढ़ी जांदे गुरुद्वारे जैसे लंगर कहने तू पंगत अड ला लै जे तू साडी बच्ची नूं हथ लाएगा बच्चे नूं हथ लाएगा तो मिट्टी ना मान जांगे उन्हूं भेट कर जूगी ते किवें दर्द तुहाडे नाल लगूगा। ईवन इत्थों तक मैं एक बार लिखिया भी सी कालटी गल दे विच मणी सिंह भाई मणी सिंह शहीद नहीं मणी सिंह दरबार साहिब दे ग्रंथी होए उस दी बात दी ते अज जिहड़े तख्तां दे जथेदार बणे ऐ इन्हां चों इक जथेदार ਹੋਰ ਦਾਸੀਆ ਹੁੰਦਾ ਸੀ ਤੇ ਭਾਈ ਮਣੀ ਸਿੰਘ ਹੈਡ ਗ੍ਰੰਥੀ ਹੁੰਦੇ ਸੀ ਦਰਬਾਰ ਸਾਹਿਬ ਦੇ ਤੇ ਉਹ ਜਦੋਂ ਅੰਦਰੋਂ ਨਿਕਲਦੇ ਤੇ ਉਹਨਾਂ ਨੂੰ ਕਹਿਣਾ ਸੁਣਾ ਵੀ ਗਿੱਟਲਾ ਕੀ ਹਾਲ ਹੈ ਤੇਰਾ ਦਰਬਾਰ ਸਾਹਿਬ ਦੇ ਗ੍ਰੰਥੀ ਨੂੰ ਬਖਸ਼ਿਆ ਨਹੀਂ ਗਿਆ ਉਹ ਲੋਕੀ ਅੱਜ ਜਥੇਦਾਰ ਦੇ ਪਦਵੀਆਂ ਵੀ ਹਟਾ ਗਏ ਆ ਸਾਡੀਆਂ ਜਿਹੜੇ ਭਾਈ ਮਣੀ ਸਿੰਘ ਨੂੰ ਇਹ ਗਿੱਟਲ ਕਹਿੰਦੇ ਰਹੇ ਤੇ ਮੇਰੀ ਕੌਮ ਕਿਵੇਂ ਬਚੇਗੀ। ਇੱਕ ਪਾਸੇ ਪਾਤਸ਼ਾਹ ਗੱਲ ਨਾਲ ਲੱਗ ਕਹਿੰਦੇ ਰਘਰੇਟਾ ਗੁਰੂ ਦਾ ਬੇਟਾ हर थां ते कोई चैलेंज बाहरों नहीं कर सकता चैलेंज असीं अंदरों खुद करन लगे हां। इस वास्ते मेरी तुहानूं बेनती है कि आपां सारे जिथे सानूं मार पैंदी है साडी कौम इस वेले लीडरलैस है और दूसरा इस कौम दा आधार तुसीं अमरीका कनेडा दे विच सिखी इंग्लैंड दे विच इहनूं प्रफुल्लत करो मुबारक है मैं तुहानूं वधाई दिंदा और ਤੁਹਾਡੇ ਤੇ ਮੈਂ ਸਮਝਦਾ ਗੁਰੂ ਦੀ ਕਿਰਪਾ ਤੁਸੀਂ ਇਹਨਾਂ ਉਦਮ ਕਰ ਰਹੇ ਹੋ ਸਤਿਗੁਰ ਹੋਰ ਵੀ ਚੜ੍ਹਦੀ ਕਲਾ ਕਰੇਗਾ ਪਰ ਇੱਕ ਗੱਲ ਯਾਦ ਰੱਖਿਓ ਸਿੱਖੀ ਪੈਦਾ ਕਰ ਲਓਗੇ ਸਿੱਖ ਵਧੀਆ ਪੈਦਾ ਕਰ ਲਓਗੇ ਹਰਿਮੰਦਰ ਵੀ ਸਾਰਾ ਸੋਨੇ ਦਾ ਬਣਾ ਲਿਓ ਕਦੇ ਕੈਲੀਫੋਰਨੀਆ ਚ ਬਣਾ ਲਿਓ ਕਦੇ ਇੱਥੇ ਬਣਾ ਲਿਓ ਇੰਡੀਆਨਾ ਚ ਬਣਾ ਲਿਓ ਪਰ ਕੀ ਉਹ ਦਿੱਖ ਉਹ ਇਤਿਹਾਸ ਉਹਦੇ ਅੰਦਰਲੀ ਉਹ ਰੂਹ ਉਹ ਆਪਾਂ ਕਦੇ ਇੱਥੇ ਪੈਦਾ ਨਹੀਂ ਕਰ ਸਕਦੇ ਉਹ ਸਾਡਾ ਬੇਸ ਹੈ ਜੇ ਬੇਸ ਖੁਰ ਗਿਆ ਜਿਹੜੇ ਬੂਟੇ ਦੇ ਥੱਲਿਓਂ ਜੜਾਂ ਖੁਰ ਜਾਣ ਤਣਿਆਂ ਨਾਲ ਮਿੱਟੀ ਨਾ ਰਵੇ ਉਹ ਅੱਜ ਵੀ ਤੇ ਕੱਲ ਵੀ ਉਹ ਡਿੱਗਣੇ ਔਰ ਇਸੇ ਗੱਲ ਤੇ ਜ਼ੋਰ ਲੱਗਿਆ ਹੋਇਆ ਇਹ ਕੰਮ ਅੱਜ ਤੋਂ ਨਹੀਂ ਇਹਦੇ ਵਿੱਚ ਕਮਜ਼ੋਰੀ ਮੇਰੇ ਲੀਡਰਾਂ ਦੀ ਹੈ ਹਮੇਸ਼ਾ ਭਾਵੇਂ 1929 ਦੀ ਕਾਨਫਰੰਸ ਤੋਂ ਲੈ ਕੇ ਰਾਵੀ ਕਾਨਫਰੰਸ ਤੋਂ ਪੜ੍ਹ ਲਓ ਤਿਆਰ ਅੱਜ ਤੱਕ लास्ट समझौता जिहड़ा साडा सरकार नाल होया है ओह 85 च होया है इन्हां समझौतियां तक मेरे लीडर ही मार खांदे रहे कौम ने किते पिट नहीं बखाई जदों आवाज मारी है गिरफ्तारियां नहीं दित्तियां जेलां नहीं कट्टियां शहीदियां नहीं दित्तियां डांगा नहीं खादियां कौम ने हर थां ते
गदारी की थी लीडर ने, जिन्होंने गदारी नहीं की उन्होंने अपने आप को इस काबिल नहीं बनाया कि जो कि गल हो उस बैठ के दलील अपना पक्ष रख सक। असं मूह रखते हैं, पक्ष नहीं रखते। जो साढ़े प्रचारक भी ने, माफ करना कुछ लोग ने जो गल करते प्रचारक भी जो गल कर मूह रख के गल करते उसे भी आ मेरे से नाराज ना हो जाए कि कल पता नहीं स्टेज पर मौका मिलेगा कि नहीं मिलेगा। मेरे दादा जी जो बचपन तो मैनू जथेदार कहते इसे करके बड़े फखर अपने ना खुद भी लिख देना जथेदार। कोई मैं जथेदार मैं कि कल तक का जथेदार बनया कर। मेरे दादा जी मैंने 3 साल की उम्र से जो मैंने कहे मेरा जथेदार 104 साल के होके उन्होंने शरीर छड़े। उन्होंने एक गल मैं याद है जो मैंने उन्हें दसी मैं उदो 30-32 साल का सी। मैंने कहते पुत्र इस दुनिया से विचरद एक ध्यान रखना है ये दुनिया पेट पालती है, समझ गया। मैं क्या हाँ जी बापू जी दुनिया नहीं कहते अगली गल तो तू सुनी नहीं कहते भावे तू खोती वाह के पाल लवे तो भावे तू पोथी वाह के पाल लवे पेट पाल जेडे बहुत गल् सुन आए ने जिन्हों की भाषा के बड़ी लच्छेदार शब्दावली है मोह है तो डाले कट्ठे बाबे कहने करके लै जाते हैं ये पोथी लाते हैं चार लाइन गल् गुरबाणी दियाँ बोलते भी साढ़ा सुभाव तो तुम भी सामने बैठे कहोगे कि इस बंद ने गुरबाणी चो प्रमाण नहीं दिता यह तो बंदा फजूल है। कई बार असं गुरबाणी दध लाइन बोल के वह प्रभाव देखे जतन करते हैं कि मैं बड़ा बुलाना मेरा भावे थोता हो चार गलों याद कर लू हर कोई भोगते याद करी फिर साढ़े मैं कई MLA देखे है उन्होंने यह नहीं पता होंगे भी वह एक लाइन ही याद होंगी उन्हें घले आ गया नाम का सदे उठी जाए कि कहना कई बार मतलब यह कर भाषण करते करते उधर आनंद कार्य होंगे बच्चे बच्ची का समाप्ति से कह जी मैं फिर जोड़ी में श्रद्धांजलि भेट कर यह मेरी कामयाब यह हालत है लीडर भी होनी कौन की असि पक्ष रखते हैं गलबात तो बात लड़ाई साड़ी वर्णवाद के विरुद्ध असी वह लड़ाई छड़ के होर पासे पै गए मुबारकबाद है जेडे अमरीका की धरती से बैठे भी अज तुम इस गल को याद रखे सच का पला पड़िया हूँ तुम मेरे बोलने तो बाद जो मैं बोल के बैठ जूंगा थोड़े मन च एक सवाल है और गलत तो थोड़ा भी पता नहीं भी यह बंदा 45 मिनट क्यों खराब करके गया साढ़े 45 मिनट ने सिर खाता है जोर ला ला के बोलिया है ये बोलने का की मतलब सी गल सू पता है। रोज अखबार से मैं लिखना मैंने कई बंदे कहे जी बहुत सोहना लिखा अखबार से आर्टिकल पढ़ के एक दिन फोन आता अगले दिन रद्दी हो जाता अखबार से मैं एक तो बंद ने सवाल किया मैं जी सोहना लिखा कहते हाँ मैं थानू तो पहले गल पता नहीं कहता जी पता सी फिर मैं की लिखा दो मिनट बंदा चुप कर जाता तो फिर मैं हस के कहना तुम कहना की चाहते हो मैं थानू यही कहना चाहना भी ये मैं लिखे है तो लिख के तुम पढ़ लिया मैंने फोन कर दिता मैं खुश हो गया भी मेरी लिखनी प्रवान हो गई तो पल ना तो पिया कि ना मेरे पिया मैं 3 किलो वजन मैं चुकी फिर मैंने जिन्हे किलो मैं आर्टिकल फोटोस्टेट करा लिया फटाफट मैं कोई गल होंगी है कि बैठ के करी दी है कई बार किसी आर्टिकल से कोई बंदा क्वेश्चन करता तो मेरे सामने होना चाहिए पर हल की है हूँ अज मैं थोड़े को इतने खड़ोता मंच से लीडर आए भाषण दे के चले जाना कोई बड़ी गल नहीं मेरे न बहुत सोहने वे वे बुलाए घंटिया बती दलीलों पंजाब का केस बड़ा सोहना पेश कर देंगे लिखने वाले किताब लिख देंगे लेकिन गल का हल जिवें सरदार पुरेवाल ने किया कि ऐ सूरज तुरदा है ऐ धरती सूरज खड़ा है धरती तुरदी है रुत्तां तुरदियां आ घंटे ते आ मिनट अज तक मैनू इस गल का नहीं पता सर सरबजीत सिंह ने गल शुरू की सरदार पुरेवाल साहब सिरे ला दी गंढ दे दी हूँ को बाई का लाल जो इन खोपड़ रखेगा तो गंढ खोलेगा एवं क्रिटिसिजम किसी से कर दो कुछ भी कह दो बहुते बंदे जो इस तरह की सभा होंगी आप कितने बोलते हैं कई बंदे इस ताक के बिल्ली वागू शह ला के बैठे होंगे है
इस बंदे दे जुबान दे विचों कुर्बानी दी तुम बोलते हैं प्रखर माड़ा जो ना करना पासे होता है फिर उन्होंने बार बार यूट्यूब पे जो वीडियो हो तो ऐ करके दिखाते हैं अगे पीछे करके ब्याह भी बोलता है सारा कुछ होता है गुरु ने तो कहा सांझ करीजे गुना पीरी चोट आउट चली है गलती कि नहीं होती इतने बोलते हैं तो बाबा नानक थोड़ी है जिन्हें जिंदगी गलती नहीं की होगी महाराज ने फैसले किए भुलन अंदर सब को भुल गुरु करता भुलते अस भी सकते हैं जबान थिड़क भी सकती है कोई गल कोई तुक कोई समय का प्रमाण दें कोई तरीक को गलत भी हो सकती है लिखते हैं अखबार कई बार प्रिंट करते हैं गलती कर देता फिर जो बंदा बैठा कंप्यूटर उस बंद की नजर बिल्ली वागू इतनी होंगी है भी चूहे कितों लगे उन्हें उतो जाके पढ़ना है बाकी सारी गल ना कोई मतलब यह सुभा जरा सिखा जी गल पैदा हुई है मैं उत्थे पढ़ा वा जी गल कि इस नशे को नशा नशा गाया पंजाब च पतत गुणा आ गया पंजाब को सिखी नहीं रह गई सिखा का की बनेगा खतरे साढ़े दुआले सारे खड़ोते प्रतख सब तो वड्डा खतरा जिहड़ा खतरा तुहाडे नाल पहला तो लगा सी पर 1947 तो खतरा रजिस्टर्ड हो गया जिदन भारत का संविधान लागू होया उदन खतरा जिहड़ा रजिस्टर्ड हो गया संविधानिक हो गया उहदे विच ऐसी धरावां ऐसे करोड़ उन्होंने लोगों ने बना लिया जो गल करोगे तो गल नहीं कर देनी हक मंगोगे तो हक नहीं देना तो जीव नहीं देना तो अज पार्टी इन्ना लम्मा सफर तय करके कोई मैं शक नहीं कई डरते हो मैं तो जाना फिर इंडिया अगे भी उतो आया उत्थे रहना उस मिट्टी च घुलना उत्थे दो हथ करने उत्थे मिटना कह कोई गरेज नहीं कि जिस दिन का नरेंद्र मोदी प्रधानमंत्री बनिया सिखा के दुआले सिकंजा बहुत अटाइट हो गया अज बयान आने लग पे उन्होंने लोगों के मोहन भगवत चौथा गेड़ा पंजाब च मार गया वो अज मंगा रहे सन पंजाब का उत्थे कोई फर्क नहीं कि तुसी गुरुद्वारा कहो जी 500 फुट उच्चा बनाना है तुहानू आरएसएस पैसे भी दे दूंगी बना दो ਤੁਸੀਂ ਕਹੋ ਜੀ ਨਿਸ਼ਾਨ ਸਾਹਿਬ 1000 ਫੁੱਟ ਉੱਚਾ ਲਾਉਣਾ ਹੈ ਉਹ ਕਰੇਨਾ ਲੈ ਕੇ ਆ ਜਾਣਗੇ ਜੀ ਜਦੋਂ ਅਸੀਂ ਖੜਾ ਕਰ ਦਿੰਦੇ ਤੁਸੀਂ ਬਸ ਜਿਓ ਪਰ ਉਸ ਗੁਰਦੁਆਰੇ ਦੇ ਅੰਦਰ ਜਦੋਂ ਤੁਸੀਂ ਰਾਜ ਦੀ ਗੱਲ ਕਰੋਗੇ ਜਦੋਂ ਤੁਸੀਂ ਇਹ ਕਹੋਗੇ ਕਿ ਸਾਡੀ ਕੌਮ ਹੈ ਜਿਹੜੀ ਨਿਰਾਲੀ ਤੇ ਨਿਆਰੀ ਹੈ ਸਾਡੀ ਵੱਖਰੀ ਹਸਤੀ ਹੈ ਫਿਰ ਉਹਨਾਂ ਨੂੰ ਪਰਵਾਹ ਨਹੀਂ ਤੁਸੀਂ ਉਹਨਾਂ ਦਾ ਹਿੱਸਾ ਬਣ ਜਾਓ ਤੁਸੀਂ ਪੱਗਾਂ ਵੀ ਬੰਨੋ ਗਾਤਰੇ ਵੀ ਪਾ ਲਓ ਕੋਈ ਫਰਕ ਨਹੀਂ ਪੈਂਦਾ ਤੁਸੀਂ ਰੈਣ ਸਬਾਈ ਕੀਰਤਨ ਵੀ ਕਰ ਲਓ ਵੱਡੇ ਵੱਡੇ ਤੁਸੀਂ ਨਗਰ ਕੀਰਤਨ ਕੱਢ ਲਓ ਖਾਲਸਾ ਮਾਰਚ ਕਰੀ ਜੋ ਤੁਹਾਡੇ ਮਾਰਚ ਨਾਲ ਕਰਾਉਣਗੇ ਅੰਮ੍ਰਿਤਸਰ ਤੋਂ ਲੈ ਕੇ ਹਜ਼ੂਰ ਸਾਹਿਬ ਤੱਕ ਮਾਰਚ ਹੋਣਗੇ ਪਰ ਇੱਕੋ ਗੱਲ ਛੱਡ ਦਿਓ ਇੱਕ ਤਾਂ ਰਾਜ ਦਾ ਨਾਂ ਨਹੀਂ ਲੈਣਾ ਤੇ ਇੱਕ ਇਹ ਨਹੀਂ ਕਹਿਣਾ ਸਾਡੀ ਅਸੀਂ ਜਿਹੜੀ ਨਿਰਾਲੀ ਕੌਮ ਆ ਗੁਰੂ ਨਾਨਕ ਦਾ ਪਿਆਰਾ ਕੰਮ ਰਲ ਜਾਓ ਉਹਦੇ ਵਿੱਚ ਅੱਜ ਉਹ ਖਤਰਾ ਸਾਰੇ ਪਾਸਿਓਂ ਬਿਆਨ ਆਉਣ ਲੱਗ ਪਿਆ ਕਿ ਜਿਹਨੇ ਭਾਰਤ ਦੀ ਧਰਤੀ ਤੇ ਰਹਿਣਾ ਉਹਨੂੰ ਇੱਥੋਂ ਦੀ ਬਹੁ ਗਿਣਤੀ ਦੇ ਧਰਮ ਦਾ ਸਤਿਕਾਰ ਕਰਨਾ ਪਏਗਾ ਤੇ ਉਹਦੀ ਬਣਾਈ ਮਰਿਆਦਾ ਨੂੰ ਮੰਨਣਾ ਪਏਗਾ ਮੈਂ ਨਹੀਂ ਕਹਿੰਦਾ ਸਾਰੀਆਂ ਅਖਬਾਰਾਂ ਉੱਥੇ ਨਹੀਂ ਭਰੀਆਂ ਪਰ ਜਿਹੜੇ ਮੇਰੀ ਕੌਮ ਦੇ ਲੀਡਰ ਨੇ ਜਿਹਨਾਂ ਨੇ ਹੁਣ ਤੱਕ ਕੌਮ ਦਾ ਲਹੂ ਚੂਸਿਆ ਲੋਕਾਂ ਬਣ ਕੇ ਜਿਹਨਾਂ ਦੇ ਘਰ ਦੇ ਵਿੱਚ ਤਿੰਨ ਤਿੰਨ ਮੰਤਰੀ ਦੇ ਅਹੁਦੇ ਨੇ ਉਹ ਰਾਮ ਦਾ ਸੁੱਤੇ ਪਏ ਉਹਨਾਂ ਨੂੰ ਕੋਈ ਫਿਕਰ ਨਹੀਂ ਕੌਮ ਦਾ ਉਹਨਾਂ ਨੂੰ ਤਾਕਤ ਦਾ ਨਸ਼ਾ ਨੌਜਵਾਨਾਂ ਨੂੰ ਸਮੈਕ ਦੇ ਨਸ਼ੇ ਤੇ ਲਾਇਆ ਨਸ਼ੇ ਤੇ ਵੀ ਲੋਕ ਨਹੀਂ ਭੱਜੇ ਉਹ ਸਿਆਸਤ ਦੇ ਨਸ਼ੇ ਤੇ ਲੱਗੇ ਹੋਏ ਗੁਲਤਾਨ ਉਹ ਵੀ ਨੇ ਨਸ਼ੇ ਚ ਤੇ ਘਰ ਜਿਹੜਾ ਲੁੱਟਿਆ ਜਾ ਰਿਹਾ ਪਤਾ ਸਾਡੇ ਸਾਹਮਣੇ ਚੁੱਕਿਆ ਜਾ ਰਿਹਾ ਲੇਕਿਨ ਗੂੰਗੇ ਹੋ ਗਏ ਨੇ ਲੋਕ ਜ਼ੁਬਾਨ ਨਹੀਂ ਰਹੀ ਮੂੰਹ ਦੇ ਵਿੱਚ ਭਰਾਵਾਂ ਨਾਲ ਰਹਿਣ ਨੂੰ ਤਿਆਰ ਨਹੀਂ ਜਿੱਥੇ ਸਾਰਾ ਕੁਝ ਲੁੱਟਿਆ ਜਾ ਰਿਹਾ ਤੇ ਸਾਰਾ ਕੁਝ ਹੁਣ ਪਤਾ ਲੱਗੂਗਾ ਜਦੋਂ ਉਹਨਾਂ ਨੇ ਵੀ ਲੱਕ ਵਿੱਚ ਲੱਤ ਮਾਰੀ ਤੇ ਅੱਗੇ ਜਾ ਕੇ ਮੂੰਹ ਕੰਧ ਨਾਲ ਲੱਗਾ ਫੇਰ ਅੱਖਾਂ ਖੁੱਲਣਗੀਆਂ ਕਿ ਅਸੀਂ ਕਿਹਨਾਂ ਲਈ ਕੀ ਕੁਛ ਕਰਦੇ ਰਹੇ ਲੇਕਿਨ ਇੱਥੇ ਜਿਹੜੀ ਤੁਹਾਡੀ ਜ਼ਿੰਮੇਵਾਰੀ ਹੈ ਮੈਂ ਤੁਹਾਨੂੰ ਕਹਿਣਾ ਮੇਰੇ ਰੇਡੀਓ ਤੇ ਟਾਕ ਸ਼ੋ ਅੱਜ ਵੀ ਜਿਵੇਂ ਚੰਦ ਪ੍ਰਦੇਸੀ ਵਾਲੇ ਵੀ ਬੈਠੇ ਨੇ ਟਵਾਣਾ ਜੀ ਬੋਲ ਕੇ ਵੀ ਗਏ ਨੇ ਪ੍ਰਸਾਦ ਸਾਹਿਬ ਬੈਠੇ ਨੇ ਰੇਡੀਓ ਵਾਇਸ ਆਫ ਖਾਲਸਾ ਹੋਰ ਵੀ ਕਈ ਰੇਡੀਓ
मेरे ना गल करते हैं कहते जी विदेशी सिखा की सुनेहा देना चाहते हैं। मैं कल थानू एक कहना भी तुम बाबा के लीडर पैसा देना बंद कर दो सिखी प्रफुल्लन किसी बाबे लीडर उस प्रचारक जिहड़ा प्रचारक गुरु की गल नहीं करता जिहड़ा प्रचारक मूह रखनी करता उन्हूं पैसा देना बंद कर। तुहाडे डालर सानू दुख दिंदे है जदों एक दे जाके 55 बन जांदे ओह साडे ते 50 बन जांदे। तुहाडे सिर ते एडे एडे सेंसर वालियां कारां चलदियां जिहदे विच सिर पै जांदा बच्चे दा सारा तुहाडा सरवाया। हुणे अपना वीर जी सद्दे वाली है जी ਉਹ ਦੱਸ ਕੇ ਗਏ ਹੈ 16 ਕਰੋੜ ਰੁਪਇਆ ਸਾਲ ਦਾ ਜੋ ਮਰਜ਼ੀ ਬਣਾ ਲਓ ਉਹਦੇ ਨੂੰ ਕਰੋੜ ਰੁਪਇਆ ਮਹੀਨਾ ਖਰਚ ਕੇ ਜਿਹੜਾ ਪ੍ਰਚਾਰਕਾਂ ਨੂੰ ਦੇ ਜਾਂਦੇ ਆ। ਅੱਜ ਪ੍ਰਚਾਰਕ ਵੀ ਹੈ ਜਿਹੜਾ ਜਿਹੜੀ ਇੱਕ ਜਮਾਤ ਹੈ ਕੁਛ ਗਿਣਤੀ ਦੇ ਗੁਰੂ ਪਿਆਰ ਦੀ ਭਿੱਜੀਆਂ ਰੂਹਾਂ ਨੂੰ ਛੱਡ ਕੇ ਬਾਕੀ ਦੇ ਸਿੱਖ ਦੇ ਗੁਰੂ ਦੇ ਵਿਚਕਾਰ ਦਵਾਰ ਬਣ ਕੇ ਖੜ ਗਿਆ। ਉਹ ਕਹਿੰਦਾ ਤੂੰ ਇੱਧਰ ਹੱਥ ਮੈਨੂੰ ਫੜਾ ਤਾਂ ਮੈਂ ਗੁਰੂ ਨੂੰ ਅੱਗੇ ਹੱਥ ਪਾਉਣਾ ਫਿਰ ਗੱਲ ਬਣਦਾ। ਜੇ ਤੂੰ ਸਿੱਧਾ ਜਾਏਗਾ ਤਾਂ ਕਰੰਟ ਮਾਰੂਗਾ ਤੈਨੂੰ ਗੁਰੂ ਤੂੰ ਨਾ ਫਲਾ ਬੈਠੀ ਇਹ ਹਾਲਤ ਹੈ ਸਾਡੀ। ਸੋ ਇਹਦੇ ਲਈ ਗੱਲਾਂ ਬਹੁਤ ਕਰਨੀਆਂ ਹੋਰ ਵੀ ਮੈਂ ਕਰੀ ਜਾਵਾਂਗਾ ਮੈਨੂੰ ਜੇ ਕਹੋਗੇ ਤੁਸੀਂ ਮੈਂ ਘੰਟਾ ਬੋਲੀ ਜਾਵਾਂਗਾ ਲੇਕਿਨ ਇਹਨਾਂ ਗੱਲਾਂ ਨਾਲ ਇਹ ਕੌਮ ਦਾ ਦੁਖਾਂਤ ਹੈ। ਹੁਣ ਤੁਸੀਂ ਆਪਾਂ ਹੁਣੇ ਗੱਲ ਕੀਤੀ ਸੀ ਵੀ ਵੈਦ ਉਹੀ ਹੈ ਰੋਗ ਵੀ ਸਮਝ ਲਵੇ ਤੇ ਫਿਰ ਉਹਦਾ ਦਾਰੂ ਵੀ ਲੱਭੇ ਕੀਰਤਪਾਲ ਕੌਰ ਜੀ ਕਹਿੰਦੇ ਸੀ। ਹੁਣ ਇਹਦਾ ਦਾਰੂ ਕਿੱਥੇ ਹੈ? ਦਾਰੂ ਇਹਦਾ ਇਹ ਹੈ ਕਿ ਹਿੰਮਤ ਕਰਨ ਦੀ ਸਾਨੂੰ ਲੋੜ ਹੈ ਇਸ ਵੇਲੇ। ਉਹਦੇ ਵਿੱਚ ਪੰਜਾਬ ਦੇ ਵਿੱਚ ਜਿੱਥੇ ਤੁਹਾਡਾ ਬੇਸ ਹੈ ਉੱਥੋਂ ਦੀ ਜਿਹੜੀ ਸਿਆਸਤ ਹੈ ਜੇ ਉਹਦੇ ਵਿੱਚੋਂ ਤੁਸੀਂ ਆਪਣਾ ਆਧਾਰ ਜਿਹੜਾ ਖਤਮ ਕਰ ਲਓਗੇ ਫਿਰ ਇਹ ਬਦਲਾਅ ਉੱਥੇ ਨਹੀਂ ਆਉਣਾ ਇੱਥੇ ਜਿੰਨਾ ਮਰਜ਼ੀ ਦੇ। ਲੇਕਿਨ ਜੇ ਬੇਸ ਕਰ ਗਿਆ ਤੇ ਮਹਾਤਮਾ ਬੁੱਧ ਦੇ ਰਾਮੂ ਜਿਵੇਂ ਹੁਣੇ ਇੱਥੇ ਜ਼ਿਕਰ ਆਪਣੇ ਹੋਇਆ ਫਿਰ ਇੱਥੋਂ ਜਦੋਂ ਤੁਸੀਂ ਜਾਇਆ ਕਰੋਗੇ ਫਿਰ ਅਜੇ ਥੋੜਾ ਚਿਰ ਤਾਂ ਸਾਡੇ ਵਰਗੇ ਕੁਛ ਅਜੇ ਜਿਉਂਦੇ ਆ ਲੰਘਾ ਲਾਂਗੇ ਅਸੀਂ ਸਾਡੇ ਬੱਚਿਆਂ ਨੂੰ ਅਸੀਂ ਇੱਥੋਂ ਤੱਕ ਲੈ ਆਏ ਤੇ ਹੋਰ 50 ਸਾਲਾਂ ਨੂੰ 100 ਸਾਲ ਨੂੰ ਜਦੋਂ ਅਸੀਂ ਵੀ ਹੋਵਾਂਗੇ ਤੁਸੀਂ ਜਾਓਗੇ ਨਾ ਕਿਉਂਕਿ ਇੱਥੋਂ ਦੇ ਪਾਣੀ ਨਾਲ ਮੇਰਾ ਵੀ ਦਾੜਾ ਇੱਥੋਂ ਦੇ ਆਬੋ ਹਵਾ ਨਾਲ ਥੋੜ੍ਹਾ ਜਿਹਾ ਅੱਗੇ ਨੂੰ ਫਰਕ ਪੈ ਗਿਆ। ਤੁਸੀਂ ਵੱਡੇ ਵੱਡੇ ਦਾੜੇ ਲੈ ਕੇ ਜਾਓਗੇ ਪੁੱਛਣਗੇ ਵੀ ਆਹ ਬੰਦੇ ਹੁੰਦੇ ਨੇ ਕੀ ਹੁੰਦਾ ਕਿ ਬੱਚੇ ਪੁੱਛਣਗੇ। ਸਹੀ ਗੱਲ ਹੈ ਮਤਲਬ ਇਸ ਤਰ੍ਹਾਂ ਦੇ ਹਾਲਾਤ ਨੇ ਤੁਸੀਂ ਕਹਿੰਦੇ ਨਾ ਸਿੱਖੀ ਇੱਥੇ ਮੈਂ ਕਹਿੰਦਾ ਉੱਥੇ ਹਾਲ ਹੋਣਾ ਜਦੋਂ ਤੁਸੀਂ ਵਿਦੇਸ਼ਾਂ 'ਚ ਜਾ ਕੇ ਕਿਉਂਕਿ ਤੁਹਾਡੀ ਧਰਤੀ ਮੈਂ ਤੈਨੂੰ ਸਿਜਦਾ ਕਰਨਾ ਇਸ ਧਰਤੀ ਜਿੱਥੇ ਹਰ ਮਨੁੱਖ ਜਾਤੀ ਨਾਲ ਸਾਹ ਲੈ। ਮੈਂ ਮੇਰਾ ਕੋਈ ਪ੍ਰੋਗਰਾਮ ਨਹੀਂ ਸੀ ਮੈਨੂੰ ਪਤਾ ਲੱਗਿਆ ਕਿ ਉੱਥੇ ਕੋਈ ਲੋਕ ਅਦਾਲਤ ਲੱਗ ਰਹੀ ਹੈ ਮੈਨੂੰ ਪਹਿਰੇਦਾਰ ਅਖਬਾਰ ਤੋਂ ਫੋਨ ਆਇਆ ਵੀ ਭਾਜੀ ਉੱਥੇ ਕੋਈ ਅਦਾਲਤ ਲਾ ਰਹੇ ਆ ਆਪਣੀਆਂ ਜਥੇਬੰਦੀਆਂ ਤੁਸੀਂ ਉੱਥੇ ਚਲੇ ਜਾਓ। ਮੈਂ ਵਾਸ਼ਿੰਗਟਨ ਪਹੁੰਚ ਗਿਆ ਉੱਥੇ ਜਾ ਕੇ ਮੈਂ ਦੇਖਿਆ ਇੱਕ ਪਾਸੇ ਵਾਈਟ ਹਾਊਸ ਦੇ ਵਿੱਚ ਦੋ ਇੱਕ ਤੁਹਾਡੇ ਦੇਸ਼ ਦਾ ਪ੍ਰੈਜੀਡੈਂਟ ਤੇ ਭਾਰਤ ਦਾ ਪ੍ਰਧਾਨ ਮੰਤਰੀ ਦੋਨੇ ਮੁਲਾਕਾਤ ਕਰ ਰਹੇ ਤੇ ਉੱਥੋਂ ਸਿਰਫ ਮੈਂ ਕਦਮ ਮਿਣ ਕੇ ਆਇਆ ਕਿ 67 ਕਦਮ ਦੂਰ ਜਿਹੜੀ ਉਹ ਬਾਹਰ ਉਹਦੇ ਵਾਈਟ ਹਾਊਸ ਦੇ ਅੱਗੇ ਜਿਹੜਾ ਗਾਰਡਨ ਲੱਗਿਆ ਹੋਇਆ ਲੋਹੇ ਦਾ ਗ੍ਰਿਲ ਲੱਗੀ ਹੋਈ ਹੈ ਗ੍ਰਿਲ ਤੋਂ 67 ਕਦਮ ਪੱਟੋ ਦੇ ਅੱਗੇ ਅਦਾਲਤ ਲੱਗੀ ਹੋਈ ਹੈ ਜਿੱਥੇ ਮੋਦੀ ਦਾ ਪੁਤਲਾ ਬੰਨ ਕੇ ਖੜਾ ਹੈ। ਉਹ ਲੋਕੀ ਉੱਥੇ ਇੰਨੀ ਜਾਂਦੀ ਐਡਾ ਵੱਡਾ ਹੱਕ ਤੁਹਾਨੂੰ ਜਿਹੜਾ ਇਸ ਧਰਤੀ ਤੇ ਮਿਲਿਆ ਹੋਇਆ ਤੇ ਇੱਥੇ ਬੈਠ ਕੇ ਤੁਹਾਡੇ ਅੰਦਰ ਜਿਹੜੀ ਸੋਚ ਹੈ ਉਹ ਕੁਦਰਤੀ ਗੱਲ ਹੈ ਕਿ ਵਧੀਆ ਬਣੀ ਪਰ ਜਿਹੜੀ ਧਰਤੀ ਤੇ ਅਸੀਂ ਬੈਠੇ ਹਾਂ ਮੈਂ ਕਹਿੰਦਾ ਵੀ ਤੁਸੀਂ ਜਾਂਦੀ ਤਾਂ ਦੂਰ ਦੀ ਗੱਲ ਤੁਸੀਂ ਮੁੱਖ ਮੰਤਰੀ ਦੀ ਕੋਠੀ ਤੋਂ ਲੰਘ ਕੇ ਦਿਖਾਓ ਕਿੰਨਾ ਜਾਂਦਾ ਜੇ ਤੁਹਾਨੂੰ ਕਲੰਘਣ ਦੇ ਜੇ ਗੋਲੀ ਨਹੀਂ ਮਾਰੇਗਾ ਤਾਂ ਗੋਡੇ ਜ਼ਰੂਰ ਰੱਖਣਾ। ਸੋ ਇਸ ਵਾਸਤੇ ਮੈਂ ਤੁਹਾਨੂੰ ਬੇਨਤੀ ਕਰਾਂ ਕਿ ਦੋ ਕੰਮ ਤੁਸੀਂ ਲੋਕ ਕਰੋ ਤੁਹਾਡੇ ਪੱਲੇ ਸੋਚ ਹੈ ਤੁਹਾਡੇ ਪੱਲੇ ਸਾਧਨ ਨੇ ਉੱਥੋਂ ਦੇ ਲੋਕਾਂ ਦਾ ਗਲ ਘੁੱਟ ਦਿੱਤਾ ਜਿਹੜੇ 4 ਕੁ ਸਾਡੇ ਵਰਗੇ ਸਹਿਕਦੇ ਹੈ ਪਤਾ ਨਹੀਂ ਕਿੰਨਾ ਚਿਰ ਸਾਨੂੰ ਵੀ ਚੱਲਣ ਦੇਣਗੇ ਇਹ ਨਹੀਂ ਪਤਾ ਕਿ ਦੁਬਾਰਾ ਤੁਹਾਡੇ ਦਰਸ਼ਨ ਵੀ ਨਾ ਕਰਨ ਆਉਂਦੇ ਨੇ ਕੋਈ ਇਹੋ ਜਿਹਾ ਮੁਕੱਦਮਾ ਬਣਾ ਦੇਣ ਕਿ ਬਾਹਰ ਤੇ ਉਡਾਣ ਹੀ ਬੰਦ ਹੋ ਜਾਵੇ। ਸਭ ਕੁਛ ਐਕਸਪੈਕਟਡ ਹੈ ਉਸ ਨਿਜ਼ਾਮ ਦੇ ਵਿੱਚ ਕੋਈ ਵੱਡੀ ਗੱਲ ਨਹੀਂ ਕਿਤੇ ਨਸ਼ੇ ਦੇ ਕੇਸ ਪਾ ਦੋ ਵੀ ਆਦੀ ਅਸੀਂ ਇਹਦੀ ਜੇਬ ਖੋਲੀ ਤੁਰਿਆ ਜਾਂਦਾ ਸੀ ਜੇਬ ਤੋਂ ਸਲਾਈਡ ਮਿਲੀ ਹੈ ਤੇ ਕੀ ਮਗਰੋਂ ਲਾਈ ਦਿਓ ਜੋਰ ਅਦਾਲਤਾਂ ਦੇ ਵਿੱਚ ਕੋਈ ਜ਼ਮਾਨਤ ਨਹੀਂ ਕੁਛ ਨਹੀਂ। ਸੋਚਣ ਵਾਲੀ ਗੱਲ ਇਹ ਹੈ ਕਿ ਤੁਸੀਂ ਜੇ ਆਪਾਂ ਬਦਲਾਅ ਸੱਚੇ ਮਨੋਂ ਚਾਹੁੰਦੇ ਅੱਜ ਇਹਨਾਂ ਨੂੰ ਮੈਂ ਗੱਲਾਂ ਸੁਣਾਈਆਂ ਨਾ ਤੁਹਾਨੂੰ ਸਾਰੀਆਂ ਗੱਲਾਂ ਦਾ ਪਤਾ। ਜੇ ਆਪਾਂ ਡੇਰਾਵਾਦ ਦੀ ਗੱਲ ਕਰੀਏ ਤੁਹਾਡੇ ਕਿਹੜਾ ਡੇਰੇ ਨੂੰ ਮੰਨਦਾ ਮੈਨੂੰ ਦੱਸੋ ਜੇ ਡੇਰੇ ਨਹੀਂ ਮੰਨਦੇ ਤਾਂ ਇੱਥੇ ਬੈਠੇ
ना तो गलत हुक्म मनदे ने। ਇਹ ਗੱਲਾਂ ਉਹਨਾਂ ਲੋਕਾਂ ਕੋਲ ਲੈ ਕੇ ਜਾਣੀ ਹੈ ਜਿਹੜੇ ਲੋਕਾਂ ਨੂੰ ਅਜੇ ਇਹ ਹੈ ਕਿ ਜਥੇਦਾਰ ਦਾ ਹੁਕਮ ਆ ਗਿਆ ਰੱਬ ਵਰਗਾ। ਮੈਂ ਕਿਹਾ ਵੀ ਜੇ ਜਥੇਦਾਰ ਦਾ ਹੁਕਮ ਰੱਬ ਵਰਗਾ ਹੈ ਤਾਂ ਫਿਰ ਜਥੇਦਾਰ ਨੇ ਤਾਂ ਪ੍ਰੋਫੈਸਰ ਗੁਰਮੁਖ ਸਿੰਘ ਨੂੰ ਛੇਕਿਆ ਸੀ, ਕਹੋ ਗੁਰਮੁਖ ਸਿੰਘ ਪਤਾ। ਇੱਥੇ ਗੱਲ ਚੱਲੀ ਸੀ ਭਾਈ ਉੱਤਰਾਖੰਡ ਜੀ ਨੇ ਗਿਆਨੀ ਜਤ ਸਿੰਘ ਦੀ ਗੱਲ ਕੀਤੀ ਸੀ, ਮੈਂ ਤੁਹਾਨੂੰ ਪਿਛਲੀ ਵਾਰ ਦੀ ਗੱਲ ਦੱਸਦਾ, ਦੋ ਮਿੰਟ ਹੀ ਮੈਂ ਲੈ ਲੈਂਦੀ। ਗਿਆਨੀ ਜਤ ਸਿੰਘ ਦੀ ਬਰਸੀ ਮਨਾਈ ਜਾ ਰਹੀ ਹੈ, ਸਰਦਾਰ ਸਿੰਘ ਰਣਜੀਤ ਸਿੰਘ ਮਾਨ ਉਹਨਾਂ ਨੇ ਹੁਕਮ ਕੀਤਾ। ਮੈਂ ਉਹਦੇ ਪਿੰਡ ਚਲਿਆ ਗਿਆ ਗੁਰਦੁਆਰੇ ਦੇ ਵਿੱਚ, ਮੈਂ ਗਿਣਤੀ ਦੇ ਬੰਦੇ ਗਿਣੇ 57-58 ਬੰਦੇ ਬੈਠੇ। ਮੈਂ ਉੱਥੋਂ ਉੱਠ ਕੇ ਕੀਰਤਨ ਹੋ ਰਿਹਾ ਸੀ, ਮੈਂ ਪਿੰਡ 'ਚ ਚਲਾ ਗਿਆ, ਅਨੰਦਪੁਰ ਕਲੌਰ ਪਿੰਡ ਹੈਗਾ ਜਿਹਦੇ ਪਿੰਡ ਦੇ ਵਿੱਚ 8-10 ਬੰਦੇ ਤਾਸ਼ ਖੇਡ ਬੈਠਦੇ ਬੈਠੇ, ਅਤੇ ਮੈਂ ਇਸੇ ਤਰ੍ਹਾਂ ਸੀਗਾ। ਮੈਂ ਉਹਦੇ ਕੋਲ ਹੌਲੀ ਜਿਹੇ ਜਾ ਕੇ, ਗਰਮੀ ਦੇ ਦਿਨ ਸੀ, ਮੈਂ ਜਾ ਕੇ ਕਿਹਾ, ਮੈਂ ਬਾਬਾ ਜੀ ਆਹ ਗੁਰਦੁਆਰੇ ਕੀ ਪ੍ਰੋਗਰਾਮ ਹੈ? ਅਸਲੀਅਤ ਹੈ ਉਹ ਥੋੜਾ ਜਿਹਾ ਆਪਣੇ ਪੰਜਾਬੀ ਆਪਣੇ ਵਰਗੀ ਨਹੀਂ ਬੋਲਦੇ, ਉਹ ਇਲਾਕਾ ਥੋੜੀ ਪੰਜਾਬੀ ਨੂੰ ਅੱਧੀ ਹਿੰਦੀ ਟਾਈਪ ਬੋਲਦਾ। ਤੇ ਉਹਨਾਂ 'ਚ ਪਹਿਲਾਂ ਤਾਂ ਕਹਿੰਦੇ ਧਿਆਨ ਧਰਦੇ ਪੁੱਛਿਆ, ਮੈਂ ਬਜ਼ੁਰਗ ਸਪੀਕਰ ਰਿਹਾ ਚੱਲਦਾ ਇੱਥੇ ਕੀ ਪ੍ਰੋਗਰਾਮ ਹੈ ਪਿੰਡ 'ਚ? ਉਹ ਬਜ਼ੁਰਗ ਬੋਲਦਾ, ਮੈਨੂੰ ਬੋਲਣ ਤੋਂ ਲੱਗਿਆ ਵੀ ਇਹ ਕਿਸੇ ਉੱਚੀ ਜਾਤੀ ਦਾ, ਸੋ ਕਾਲ ਉੱਚੀ ਜਾਤੀ ਦਾ, ਜਾਤੀ ਤਾਂ ਕੋਈ ਉੱਚੀ ਨਹੀਂ ਵੀ ਨਹੀਂ। ਉਹ ਮੈਨੂੰ ਕਹਿੰਦਾ ਉਹ ਦਿਤ ਸਿੰਘ ਹੋਵਾ ਸਾਡੇ ਗਾਓਂ ਦਾ, ਕਹਿੰਦਾ ਕਦੇ ਹੁੰਦਾ ਸੀ, ਕਹਿੰਦਾ ਚਮਾੜੀ ਮੈਂ ਉਸਕਾ ਕਹਿੰਦਾ ਦਿਨ ਮਨਾਵਾ ਕੁਛ ਬਣਾ, ਮਤਲਬ ਚਮਾੜੀ ਵੀ ਜਿੱਥੇ ਲੋਕੀ ਸ਼ੂਦਰ ਰਹਿੰਦੇ ਆ, ਸ਼ਡਿਊਲ ਕਾਸਟ ਰਹਿੰਦੇ ਆ, ਉਹਨਾਂ ਦੇ ਕਹਿਣ ਮੁਤਾਬਕ। ਮੈਂ ਜੀ ਕੌਣ ਆ ਦਿਤ ਸਿੰਘ? ਉਹ ਜਲਾਹਾਂ ਕੇ ਘਰ ਕਾ ਦਿਨ ਗਲੋਂ ਹੀ ਲਾ ਦਿੱਤਾ, ਉਹਨੂੰ ਤਾਸ਼ ਖੇਡ ਰਹੇ ਆ ਬੰਦੇ। ਔਰ ਉਹ ਗਿਆਨੀ ਦਿਤ ਸਿੰਘ ਜਿਹਨੇ ਸਭ ਤੋਂ ਵੱਡਾ ਵਿਦਵਾਨ ਆਚਾਰੀਆ ਸਵਾਮੀ ਦਯਾਨੰਦ ਜਿਹਦੇ ਨਾਂ ਤੇ ਅੱਜ ਲੁਧਿਆਣੇ 'ਚ DMC ਰਾਜ ਆਪਾਂ ਨੂੰ ਭੱਜ ਕੇ ਕਰਾਉਣੇ ਵਧੀਆ, ਜਿਹਦੇ ਨਾਂ ਤੇ ਯੂਨੀਵਰਸਿਟੀਆਂ ਕਾਲਜ ਨੇ, ਤੇ ਗਿਆਨੀ ਦਿਤ ਸਿੰਘ ਦੇ ਨਾਂ ਤੇ ਪ੍ਰਾਇਮਰੀ ਸਕੂਲ ਵੀ ਨੇ, 50 ਕਿਤਾਬਾਂ ਗਿਆਨੀ ਦਿਤ ਸਿੰਘ ਨੇ ਲਿਖੀਆਂ। ਤੇ ਮੈਂ ਫਿਰ ਉਸ ਪਿੰਡ 'ਚੋਂ ਪੁੱਛਿਆ ਲੋਕਾਂ ਤੋਂ, ਮੈਂ ਕਿਹਾ ਇਹ ਕਦੋਂ ਦੀ ਗੱਲ ਆ? ਤਾਂ ਬਹੁਤ ਚਿਰ ਹੋ ਗਿਆ ਜੀ, ਮਰ ਲਿਆ ਤੂੰ ਕਦੋਂ ਕਿਉਂ ਮਰ ਲਿਆ? ਮੈਂ ਕਿਹਾ ਕਿਵੇਂ ਮਰ ਲਿਆ? ਉਹ ਜੀ ਹਕੀਮ ਕੀ ਦੁਕਾਨ ਮੈਂ ਰਹਾ ਦਿੰਦਾ, ਉਹ ਸਾਰਾ ਦਿਨ ਸੇਵਾ ਕਰਾਂ, ਰਾਤ ਨੂੰ ਹਕੀਮ ਜਿੰਦਾ ਲਗਾਵਾ ਤੋਂ ਬਾਹਰ ਸੌਗਾ ਤੂੰ। ਕਹਿੰਦਾ ਰਾਤ ਨੂੰ ਉਹ ਵਿਦਵਾਨ ਐਡਾ ਮੇਰੀ ਕੌਮ ਦਾ, ਜਿਹਨੇ ਐਡਾ ਵੱਡਾ ਬੰਦਾ ਭਜਾਇਆ ਹੋਵੇ, ਜਿਹੜਾ ਆਪਣੇ ਆਪ ਨੂੰ ਖਬੀ ਖਾਨ ਸਮਝਦਾ ਹੋਵੇ, ਤੇ ਉਹ ਬੰਦਾ ਰਾਤ ਨੂੰ ਇੱਕ ਹਕੀਮ ਦੀ ਦੁਕਾਨ ਤੇ ਦਵਾਈ ਲੈਂਦਾ ਹੋਵੇ ਬਿਮਾਰੀ ਦੀ ਹਾਲਤ 'ਚ, ਤੇ ਹਕੀਮ ਉਹਨੂੰ ਦਵਾਈ ਦੇਵੇ ਇਸ ਕਰਕੇ ਵੀ ਤੂੰ ਦਿਨੇ ਮੇਰੇ ਨਾਲ ਸੇਵਾ ਕਰਾ, ਰਾਤ ਨੂੰ ਤੇਰੀ ਕੋਈ ਦੁਬਾਰੀ ਨੀ, ਮੈਨੂੰ ਮੈਂ ਲੋਕ ਲਾ ਕੇ ਚੱਲਿਆ ਮੇਰੀ ਦੁਕਾਨ ਅੱਗੇ ਸੁਣਦਾ। ਇਹ ਮੇਰੇ ਕੌਮ ਦੇ ਲੋਕਾਂ ਦੀ ਹਾਲਤ ਹੈ। ਮੈਂ ਕਹਿੰਦਾ ਇਹਨਾਂ ਜਥੇਦਾਰਾਂ ਨੇ, ਉਹ ਦੋ ਇਨਸਾਨ ਜਿਹਨਾਂ ਨੇ ਕੌਮ ਦੀ ਜਾਂਦੀ ਨੂੰ ਬੋਲੀ ਸੀ, ਜਿਹਨਾਂ ਨੇ ਲਹਿਰ ਪੈਦਾ ਕੀਤੀ ਸੀ ਐਡੀ ਵੱਡੀ, ਉਹਨਾਂ ਦੋਨਾਂ 'ਚੋਂ ਗੁਰਮੁਖ ਸਿੰਘ ਨੂੰ ਵੀ ਛੇਕ ਦਿੱਤਾ ਤਿੰਨ ਲੋਕਾਂ ਨੇ। ਮੈਂ ਕਿਹਾ ਇਹਨਾਂ ਲੋਕਾਂ ਨੇ ਜਨਰਲ ਡਾਇਰ ਨੂੰ ਵੀ ਸਰੂਪਾ ਦੇ ਕੇ ਕਹਿ ਦਿੱਤਾ ਸੀ ਵੀ ਤੇਰੇ ਉੱਤੇ ਜੁੱਤੀ ਪਾਉਣ 'ਤੇ ਵੀ ਕੋਈ ਇਤਰਾਜ਼ ਨਹੀਂ, ਜੇ ਤੂੰ ਸਿਗਰਟਾਂ ਪੀਂਦਾ ਬਾਹਰ ਕੋਈ ਇਤਰਾਜ਼ ਨਹੀਂ ਸਾਨੂੰ ਤੇਰੀ ਸਿਗਰਟ, ਪਰ ਤੂੰ ਸਰੂਪਾ ਲੈ ਲਾ, ਤੂੰ ਜਲੇ ਐਵੇਂ ਬਾਹਰ 'ਚ ਜਿੰਨੇ ਮਰਜ਼ੀ ਬੰਦੇ ਮਾਰ। ਮੈਂ ਕਿਹਾ ਅਸੀਂ ਮੰਨਿਆ ਸੀ, ਪਰ ਆਹ ਅਸੀਂ ਮੰਨ ਲਿਆ ਕਿ ਜੇ ਪ੍ਰੋਫੈਸਰ ਦਰਸ਼ਨ ਸਿੰਘ ਜਿਹੜਾ ਕੌਮ ਦਾ ਪ੍ਰਚਾਰਕ ਵਧੀਆ, ਜਿਹਦੇ ਪੱਲੇ ਸੋਚ ਹੈ ਦਿਮਾਗ ਹੈ, ਜੇ ਉਹਨੂੰ ਕਹਿ ਦੇਣ ਵੀ ਤੈਨੂੰ ਛੇਕ ਦਿੱਤਾ, ਉਹ ਅਸੀਂ ਮੰਨ ਲਿਆ ਵੀ ਹਾਂਜੀ ਅਸੀਂ ਹੁਣ ਗੁਰਦੁਆਰੇ ਵੀ ਕਰਾਉਣਾ ਪ੍ਰੋਫੈਸਰ ਦਰਸ਼ਨ ਸਿੰਘ। ਜੇ ਅਸੀਂ ਕੱਲ੍ਹ ਨੂੰ ਹੋਰ ਉੱਤਰਾਖੰਡ ਨੂੰ ਕਹਿ ਦੇਣਗੇ ਭਾਈ ਨੂੰ ਵੀ ਤੂੰ ਬੜਾ ਮਾੜਾ ਬੰਦਾ, ਤੂੰ ਜਾ ਕੇ ਉੱਥੇ ਉਹਦੇ ਖਿਲਾਫ਼ ਬੋਲਦਾ, ਪਟਨੇ ਵਾਲੇ ਦੇ ਤੂੰ RSS ਵਾਲਿਆਂ ਨੂੰ ਬੋਲਦਾ, ਤੈਨੂੰ ਵੀ ਛੇਕ ਦੇ। ਤੇ ਫਿਰ ਅਸੀਂ ਕਹਾਂਗੇ ਜੀ ਨਹੀਂ, ਹੁਣ ਸਾਡੀ ਮਰਿਆਦਾ ਨਹੀਂ, ਅਸੀਂ ਉੱਤਰਾਖੰਡ ਨੂੰ ਨਹੀਂ ਬੁਲਾਉਣਾ। ਤੁਸੀਂ ਜਿਹੜੇ ਬੈਠੇ ਹੋ ਤੁਸੀਂ ਬੁਲਾਓਗੇ, ਤੁਹਾਡੇ ਅੰਦਰ ਜਿਗਰ ਗੁਰਦਾ, ਪਰ ਇਸ ਗੱਲ ਨੂੰ ਉੱਥੇ ਲੈ ਕੇ ਜਾਣਾ ਹੈ ਪੰਜਾਬ ਦੇ ਵਿੱਚ। ਹਿੰਮਤ ਕਰੋ, ਮੈਂ ਤੁਹਾਨੂੰ ਅਜੇ ਬੰਗਾਲ ਦੇ ਕੇ ਸੁਣਿਆ, ਦੁਬਾਰਾ ਵੀ ਗੁਰੂ ਨੇ ਕਿਰਪਾ ਕੀਤੀ, ਆਪਾਂ ਫਿਰ ਦਰਸ਼ਨ ਤੁਹਾਡੇ ਕਰਾਂਗੇ। ਇੱਕ ਬੰਗਾਲ ਸਮਝ ਲਓ ਕਿ ਸਾਲ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਆਉਣੀ ਹੈ, ਕਿਉਂ ਨੀ ਯਤਨ ਕਰ ਲੈਂਦੇ ਤੁਸੀਂ? ਜੇ ਤੁਸੀਂ ਪੈਸੇ ਦੇਣੇ ਬੰਦ ਕਰਦੇ ਹੋ, ਜਿਹੜੀਆਂ ਪੰਥਕ ਜਥੇਬੰਦੀਆਂ ਜੀ ਇੱਕ ਇੱਕ ਟਾਂਗੇ ਦੀਆਂ ਸਵਾਰੀਆਂ ਲਈ ਗੁਰਦੇ, ਕਹਿੰਦੇ ਸਾਡੀ ਪੰਥਕ ਜਥੇਬੰਦੀ ਮੈਨੂੰ ਜੋ ਪੈਸੇ, ਇੱਕ ਗੱਡੀ 'ਚ ਬਹਿ ਜਾਂਦੇ ਸਾਰੇ, ਤੇ ਨਾ ਪੰਥਕ ਜਥੇਬੰਦੀ, ਇਹਨਾਂ ਨੂੰ ਤੁਸੀਂ ਲੋਕ ਜੁੱਤੀਆਂ ਮਾਰੋ ਕਿ ਇਕੱਠੇ ਹੋ ਕੇ ਪੰਥ ਬਣਾਓ। ਪਹਿਲਾਂ ਗੁਰੂ ਨੇ ਜਥੇਬੰਦੀ ਨਹੀਂ ਬਣਾਈ, ਗੁਰੂ ਨੇ ਪੰਥ ਬਣਾਇਆ ਸੀ, ਲੜੋ ਇਕੱਠੇ ਹੋ ਕੇ ਤੁਹਾਡੇ ਨਾਲ, ਸਭ ਕੁਛ ਦਿਆਂਗੇ ਤੁਹਾਨੂੰ, ਤੁਹਾਡੀ ਮਦਦ ਕਰਾਂਗੇ, ਆਵਾਂਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲੀ ਗੱਲ ਤਾਂ ਇਹਦਾ ਕਬਜ਼ਾ ਖੋਲੋ, ਆਹ ਤੁਹਾਡੇ ਸਾਰੇ ਮਸਲੇ ਹੱਲ ਹੋ ਜਾਣਗੇ, ਲੋੜ ਨਹੀਂ ਪੈਣੀ ਜ਼ਿੰਮੇਦਾਰਾਂ ਦੀ। ਫਿਰ ਜਥੇਦਾਰ ਉੱਥੇ ਉਹ ਨਹੀਂ ਹੋਏਗਾ ਜਿਹੜਾ ਬਾਦਲ ਦੀ ਬੋਲੀ ਬੋਲੇਗਾ,
ਜਥਾ ਰੋ ਨਹੀਂ ਹੋਏਗਾ ਜਿਹੜਾ ਕਹੇਗਾ ਤੁਸੀਂ ਲੰਘ ਕੁਛ ਜੀ ਲਾ ਦੋ ਜਗਨ ਡਾਇਰ ਨੂੰ ਸਰੂਪੇ ਦੇਣ ਵਾਲਾ ਨਹੀਂ ਹੋਏਗਾ ਉੱਥੇ ਜਾਇਦਾ ਰਹੇਗਾ ਖੰਡਾ ਫੜ ਕੇ ਜਿਹੜਾ ਕਹੇਗਾ ਮੇਰੀ ਕੌਮ ਆ ਜਿਹੜੀ ਉਹ ਨਿਰਾਲੀ ਤੇ ਨਿਆਰੀ ਹੈ ਮੇਰਾ ਗੁਰੂ ਕਹਿੰਦਾ ਮੈਂ ਨਹੀਂ ਕਿਸੇ ਦੀ ਗੱਲ ਕਰਦਾ ਕਹੇਗਾ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕੋਈ ਗੁਰੂ ਨਹੀਂ ਮੇਰਾ ਕੋਈ ਇਹਦੀ ਬਰਾਬਰਤਾ ਨਹੀਂ ਫਿਰ ਉਸ ਜਥੇਦਾਰ ਦਾ ਸਵਾਦ ਨਹੀਂ ਬਣਦਾ ਫਿਰ ਇਹ ਨਹੀਂ ਕਿ ਉਹ ਲੋਕੀ ਫਿਰ ਮੁੜ ਮੁੜ ਕੇ ਕੀੜੇ ਪੰਜਾਬ ਲਾਉਣਗੇ ਕਿ ਸਿੱਖਾਂ ਦੇ ਵਿੱਚ ਅਸੀਂ ਸੰਗ ਲਾ ਫਿਰ ਬੱਚੇ ਨਸ਼ਾ ਨਹੀਂ ਕਰਨਗੇ ਫਿਰ ਸਰਕਾਰ ਦੀ ਹਿੰਮਤ ਨਹੀਂ ਪਏਗੀ ਸਰਕਾਰ ਨੂੰ ਵੀ ਦੇਸ਼ ਦੇ ਸਕੇਗਾ ਕਿ ਇਹ ਮੁੱਖ ਮੰਤਰੀ ਪੰਜਾਬ ਤੇਰੀ ਸਟੇਟ ਦੇ ਵਿੱਚ ਨਸ਼ਾ ਵਿੱਚ ਵਿਕਦਾ ਦੇਖ ਤੇਰੇ ਬੱਚਿਆਂ ਦਾ ਕੀ ਹਾਲ ਹੈ ਤੇ ਜਾਂ ਨਸ਼ਾ ਮਹੀਨੇ ਚ ਬੰਦ ਕਰ ਦੇ ਨਹੀਂ ਅਸਤੀਫਾ ਦੇ ਕੇ ਇੱਥੇ ਆਏ ਉਹ ਐਸਾ ਤਾਂ ਜੇ ਕੋਈ ਜਥੇਦਾਰ ਹੋਵੇ ਐਸੇ ਪੰਜ ਸਾਡੇ ਅੱਗੇ ਬੰਦੇ ਲੱਗੇ ਹੋਣ ਮੰਨਿਆ ਵੀ ਜਾਵੇ ਹੁਕਮ ਮੰਨਣ ਵਾਲੇ ਪਰ ਇਹ ਪੈਦਾ ਕਿਹਨੇ ਕਰ ਰਹੇ ਨੇ ਨੀਅਤ ਕਿਹਨੇ ਕਰ ਰਹੇ ਨੇ ਸ਼ਕਤੀ ਤੁਹਾਡੇ ਕੋਲ ਹੈ ਇਹ ਸ਼ਕਤੀ ਨੂੰ ਤੁਸੀਂ ਬਣਾਓ ਟਾਰਗੇਟ ਕਰੋ ਭੱਜਿਆ ਨੀ ਗੱਲ ਬਣਦੀ ਇਹ ਲੋਕੀ ਤਾਂ ਚਾਹੁੰਦੇ ਆ ਆਪਾਂ ਨੂੰ ਬਾਹਰ ਕੱਢ ਦਿੱਤਾ ਅਦਪਾਲਪੁਰ ਜੀ ਬੈਠੇ ਆ ਮੈਂ ਵੀ ਅਸੀਂ ਲਿਖਾਂ ਲਿਖਦੇ ਕਦੀ ਪਾਸੇ ਹੋ ਗਿਆ ਵੀ ਇਹਨਾਂ ਦੇ ਵਿੱਚ ਬੜੇ ਰਹਿੰਦੇ ਤਾਂ ਸ਼ਾਇਦ ਇਹਨਾਂ ਨੂੰ ਪਰ ਤੁਸੀਂ ਸਾਨੂੰ ਗਾਲਾਂ ਕੱਢਦੇ ਸੀ ਵੀ ਕੰਜਰ ਉਹਨਾਂ ਦਾ ਲੱਗਦੇ ਹੁਣ ਤੁਸੀਂ ਸਾਨੂੰ ਤਾਂ ਕੱਢ ਕੱਢ ਲਿਆ ਪਰ ਇਹਦੇ ਨਾਲ ਮਸਲਾ ਨਹੀਂ ਹੱਲ ਹੋਇਆ ਲੋੜ ਇਹ ਹੈ ਕਿ ਅਸੀਂ ਉਸ ਪ੍ਰਬੰਧ ਦੇ ਵਿੱਚ ਬੈਠੀਏ ਸਾਡੀ ਪਾਰਲੀਮੈਂਟ ਹੈ ਸਿੱਖਾਂ ਦੀ ਸਾਨੂੰ ਝਾਕਾ ਕਿਸ ਗੱਲ ਦਾ ਤਕੜੇ ਹੋ ਕੇ ਲੜੀ ਉੱਥੇ ਜਾ ਕੇ ਸਿਰਫ ਲੜਾਈ ਜੀ ਮਿਟਾ ਦਿਓ ਮਾੜੀ ਜੀ ਜਿਹੜੇ ਆ ਲੋਕੀ ਇਹ ਸਾਰੀ ਲੜਾਈ ਹੁੰਦੀ ਹੈ ਡਾਲਰਾਂ ਨਾਲ ਨਿੱਕੀ ਜਿਹੀ ਜਥੇਬੰਦੀ ਬਣਾ ਲਈ ਕੋਈ ਨਾ ਕੋਈ ਪੁਰਿਆਮ ਸਾਹਿਬ ਨੂੰ ਇੱਧਰ ਫੋਨ ਕਰ ਲਿਆ ਕਿਸੇ ਨੇ ਦਪਾਲਪੁਰ ਜੀ ਨੂੰ ਕਰ ਲਿਆ ਆ ਸੱਜਣ ਬੈਠੇ ਨੇ ਕੋਈ ਭਾਈ ਦਲਜੀਤ ਸਿੰਘ ਕਹਿੰਦਾ ਆ ਭੇਜ ਦਿਓ ਜੀ 500 ਡਾਲਰ ਕਰਨਾ ਮਾੜਾ ਜਿਹਾ ਕੰਮ ਜਿਹਾ ਆਹ ਗੱਲ ਨਹੀਂ ਸਾਨੂੰ ਟਿਕਟ ਬੰਦ ਕਰ ਦੇ ਕਿਸੇ ਨੂੰ ਫੰਡ ਨਹੀਂ ਦੇਣਾ ਸੀ ਔਰ ਇੱਕ ਪੰਜਾਬ ਦੇ ਵਿੱਚ ਮੈਂ ਲਾਸਟ ਗੱਲ ਕਹਿਣ ਲੱਗਿਆ ਜੀ ਕਿ ਤੁਹਾਡੀ ਆਹ ਗੱਲ ਰੇਡੀਓ ਆਪਣੇ ਦੋ ਡਾਇਰੈਕਟ ਆਪਾਂ ਨੂੰ ਰਿਲੇਅ ਕਰ ਰਿਹਾ ਆਪਣੀਆਂ ਗੱਲਾਂ ਸੰਗਤ ਸੁਣ ਰਹੀ ਹੈ ਲੇਕਿਨ ਇਹ ਰੇਡੀਓ ਵੀ ਪੰਜਾਬ ਦੇ ਵਿੱਚ ਕੁਛ ਖਾਸ ਬੰਦਿਆਂ ਨੇ ਸੁਣਨਾ ਬਹੁ ਗਿਣਤੀ ਨੇ ਸੁਣਨੇ ਨੇ ਬਾਬਿਆਂ ਦੇ ਦੀਵਾਨ ਜਿਹੜੇ ਈਜ਼ੀਲੀ ਸੁਣਨ ਨੂੰ ਮਿਲਦੇ ਆ ਬਹੁ ਗਿਣਤੀ ਨੇ ਵੇਖਣਾ ਉੱਥੋਂ ਦਾ ਟੀਵੀ ਚੈਨਲ ਜਿਹੜਾ ਇੱਕ ਪਰਿਵਾਰ ਦੀ ਗੱਲ ਕਰ ਉਹਨਾਂ ਨੇ ਉੱਥੇ ਜੋ ਕੁਛ ਪਰੋਸਿਆ ਜਾ ਰਿਹਾ ਉਹ ਸਾਡੇ ਅਗੇਂਸਟ ਜਾ ਰਿਹਾ ਇੱਕ ਪੰਜਾਬ ਦੇ ਵਿੱਚ ਕੋਈ ਐਸਾ ਇੱਕ ਨਹੀਂ ਜਿਹੜਾ ਮੈਂ ਕਵਾਂ ਮੈਂ ਕਿਸੇ ਦਾ ਨਾਂ ਲਵਾਂ ਮੈਂ ਮਤਲਬ ਇਸ ਕਾਬਲ ਨਹੀਂ ਜਾਂ ਮੈਨੂੰ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਵੀ ਬਾਬੇ ਨਾਨਕ ਨੇ ਵੀ ਤੂੰ ਫੈਸਲਾ ਕਰਨਾ ਕੋਈ ਐਸਾ ਅਖਬਾਰ ਅਸੀਂ ਚੁਣ ਲਈਏ ਪੰਜਾਬੀ ਦਾ ਜਿਹਦੀ ਗੱਲ ਪਿੰਡਾਂ ਦੇ ਵਿੱਚ ਚੱਲ ਜਾਏ ਜਿਹਨੂੰ ਪੜ੍ਹ ਲੈਣ ਲੋਕ ਨੈਟ ਤੇ ਵੀ ਪੜ੍ਹ ਲੈਣ ਉੱਥੇ ਪ੍ਰਿੰਟ ਹੋ ਕੇ ਵੀ ਚਲਾ ਜਾਵੇ ਅੱਜ ਜਿਵੇਂ ਜਿਸ ਨਾਲ ਮੈਂ ਜੁੜਿਆ ਕਿਉਂਕਿ ਇਸ ਕਰਕੇ ਵੀ ਨਹੀਂ ਕਿ ਜਿਹਦੇ ਨਾਲ ਮੈਂ ਜੁੜਿਆ ਤਾਂ ਸਹੀ ਹੈ ਤੇ ਮੈਂ ਉਹਦੀ ਗੱਲ ਕਰਦਾ ਜਿਹਦੇ ਐਡੀਟੋਰੀਅਲ ਦੇ ਵਿੱਚ ਪਹਿਰੇਦਾਰ ਅਖਬਾਰ ਵੀ ਪੜ੍ਹ ਲਿਆ ਕਰੋ ਹਰ ਰੋਜ਼ ਨਵੀਂ ਕੌਮ ਦੀ ਜਿਹੜੀ ਤ੍ਰਾਸਦੀ ਹੈ ਕੌਮ ਦੀ ਚੁਣੌਤੀ ਹੈ ਉਹਦਾ ਜਵਾਬ ਤੇ ਉਹਦਾ ਜਿਹੜੀ ਵਿਆਖਿਆ ਹੈ ਉਹ ਹਰ ਰੋਜ਼ ਹੁੰਦੀ ਪੰਜਾਬ ਦੇ ਵਿੱਚ ਦੋ ਗੱਲਾਂ ਕਰ ਲਓ ਫਿਰ ਤੁਸੀਂ ਸੌਖੇ ਹੋ ਕੇ ਨਿਜ਼ਾਮ ਨਾਲ ਲੜਨਾ ਪਏਗਾ ਲੜਾਈਆਂ ਲੜੀਆਂ ਜਦੋਂ ਗੁਰੂ ਨਾਨਕ ਵੀ ਲੜਿਆ ਸੀ ਨਾ ਉਦੋਂ ਵੀ ਕੋਈ ਅੱਜ ਵਾਲੀ ਹਾਲਤ ਜਿਵੇਂ ਭਾਈ ਸਾਹਿਬ ਹੋਰਾਂ ਨੇ ਗੱਲ ਕੀਤੀ ਹੈ ਉਹ ਵਿਚਾਰ ਤਾਂ ਪੈਦਾ ਹੋ ਗਿਆ ਸੀ ਬਾਬਾ ਫਰੀਦ ਦਾ ਲੇਕਿਨ ਹਕੂਮਤ ਨੇ ਘੁੱਟ ਲਿਆ ਸੀ ਅੱਜ ਤੁਸੀਂ ਵੀ ਜਾ ਕੇ ਉੱਤਰਾਖੰਡ 'ਚ ਬੋਲੋਗੇ ਨਹੀਂ ਬੋਲਣ ਦੇਣਾ ਕਿਸੇ ਕਿੰਨੇ ਕੁ ਦਵਾਨ ਲਾਓਗੇ ਉਦੋਂ ਬਾਅਦ ਤੁਹਾਡੇ ਆਲੇ ਦੁਆਲੇ ਐਸੀ ਵਾੜ ਖੜੀ ਹੋਊਗੀ ਨਹੀਂ ਬੋਲਣ ਸਾਡਾ ਵੀ ਹਾਲ ਕਈ ਵਾਰ ਸਾਨੂੰ ਇਸ ਗੱਲੋਂ ਇਗਨੋਰ ਕਰ ਦਿੱਤਾ ਜਾਂਦਾ ਬੋਲਣ ਤੋਂ ਵੀ ਜੇ ਭੋਗਦੇ ਨੇ ਬੁਲਾਇਆ ਤਾਂ ਤੁਸੀਂ ਆਪਾਂ ਛੇੜ ਕੇ ਜਾਓਗੇ ਬੜੇ ਸਤਿਕਾਰ ਨਾਲ ਅਦਬ ਨਾਲ ਮਾਫ਼ੀ ਮੰਗ ਲੈਂਦੇ ਆ ਜਾਂ ਪਹਿਲਾਂ ਕਹਿੰਦੇ ਜੀ ਭੋਗ ਤੇ ਕੋਈ ਆਪਾਂ ਭੋਗ ਹੈ ਜੀ ਕੋਈ ਗੱਲ ਨਹੀਂ ਸਿਆਸੀ ਕਰਨੀ ਤੇ ਪਤਾ ਗੁਲਾਬ ਜੀ ਦੇਗ ਵਰਤਾ ਉਹਨੂੰ ਪਤਾ ਹੁੰਦਾ ਵੀ ਕੋਈ ਨਾ ਕੋਈ ਗੱਲ ਕਰਕੇ ਜਾਣਾ ਜੇ ਬਾਬਾ ਫਰੀਦ ਜੀ ਨੇ ਬਾਣੀ ਰਚੀ ਗੁਰੂ ਸਾਹਿਬ ਤੋਂ ਪਹਿਲਾਂ ਭਗਤਾਂ ਨੇ ਬਾਣੀ ਰਚੀ ਤੇ ਗੁਰੂ ਗ੍ਰੰਥ ਸਾਹਿਬ ਮੈਂ ਸਮਝਦਾ ਇਹਦੇ ਵਿੱਚ ਜਿਹੜੀ ਵਿਚਾਰਧਾਰਾ ਇਹ ਗੱਲ ਕਦੇ ਨਾ ਭੁੱਲੋ ਸਾਡੇ ਲਈ ਜਿਹੜੀ ਵਿਚਾਰਧਾਰਾ ਗੁਰੂ ਨਾਨਕ ਦੀ ਜਿਹੜੀ ਦਸਾਂ ਜਾਮਿਆਂ ਚ ਵਰਤ ਗਈ ਹੈ ਪਰ ਗੁਰੂ ਗ੍ਰੰਥ ਸਾਹਿਬ UNO ਜਿਹਨੇ ਬਾਬੇ ਫਰੀਦ ਦੀਆਂ ਨਮਾਜ਼ਾਂ ਦੀ ਜਿਹੜੀ ਗੱਲ ਕਰਦਾ ਉਹਨੂੰ ਕਰਨੀ ਸੀ ਦਿੰਦੀ ਹਕੂਮਤ ਉਹਨੂੰ ਗੁਰੂ ਗ੍ਰੰਥ ਸਾਹਿਬ ਦੇ ਰੂਪ ਮੰਨ ਕੇ ਕਿਤੇ ਭਗਤ ਰਮਦਾਸ ਜੀ ਬੋਲਦੇ ਸੀ ਨਹੀਂ ਸੀ ਬੋਲਣ ਦਿੰਦਾ ਨਾਗਰ ਮਲਕ ਚਾਰੀਆਂ ਚ ਕਰਦਾ ਸੀ ਤੇ ਗੁਰੂ ਗ੍ਰੰਥ ਸਾਹਿਬ ਚ ਸਤਿ ਵੀ ਬੋਲ ਰਹੇ ਭਗਤ ਰਮਦਾਸ ਭਗਤ ਨਾਮ ਦੇਵ ਨੂੰ ਨਹੀਂ ਬੋਲਣ ਦਿੱਤਾ ਜਾਂਦਾ ਸੀ ਕੁਛ ਸਮਕਾਲੀ ਸੀ ਗੁਰੂ ਸਾਹਿਬ ਦੇ ਕੁਛ ਪਹਿਲਾਂ ਹੋਏ ਪਰ ਗੁਰੂ ਗ੍ਰੰਥ ਸਾਹਿਬ ਗੁਰੂ ਪੰਚਮ ਪਾਤਸ਼ਾਹ ਦੀ UNO ਬਣਾਈ ਹੈ ਜਿਵੇਂ ਹੁਣ ਇੱਥੇ ਆਇਆ ਇੱਥੇ ਉਹ ਵੀ ਲੋਕ ਆਏ ਆ ਜਿਹਨਾਂ ਨਾਲ ਅਮਰੀਕਾ ਜੰਗ ਲੜ ਰਿਹਾ ਉਹਨਾਂ ਨੇ ਕਿਹਾ ਨਹੀਂ ਤੁਸੀਂ ਆ ਕੇ ਗੱਲ ਕਰੋ UNO ਤੇ ਗੁਰੂ ਗ੍ਰੰਥ ਸਾਹਿਬ ਨੇ ਮਾਨਤਵਾਦੀ ਰੂਹਾਨੀ UNO ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਗੁਰੂ ਸਾਹਿਬ ਨੇ ਬਣਾਈ ਹੈ ਜਿਹਦੇ ਵਿੱਚ ਸਾਰੇ ਬੋਲਦੇ ਐਡਾ ਵੱਡਾ ਵਿਚਾਰ ਲੈ ਕੇ
जे असीं अज भी पछड़े हुए हां गुरु तो सेध लैके आ दो गल्लां कर लो पंजाब दे विच इक तां मीडिया आपां जिन्ना हो सकदा एस्टैब्लिश करिए जिथे साडी गल सारा लोकां कोल जावे ते तुसीं बाहर विदेशां च बैठे सिख जिहड़े भी रेडियो तों मेरी आवाज सुणदे हो ओह सारे इस गल नूं टारगेट करो कि श्रोमणी गुरुद्वारा प्रबंधक कमेटी च ओह बंदे भेजणे ने जिहड़े सिखां दी न्यारी निराली हस्ती ते गुरु दे आशिक सार अपना जीवन भी जीवन गुरु दे जो मतलब गुरु की इच्छा से मन के गुरु की कल्पना करके उन्हें कौम बनाई है वो भी काम करते रहन। तो समा मेरे ख्याल में थोड़ा जा थोड़ा ज्यादा लै गया जज्बात से मेरे मन च भी मेरी वारी पिछों आई से गुस्सा मैं मैंने भी अब सारा कट लेना बस रखनी नहीं चाहिए हम टेलना तो दो गल हों ज्यादा पानी पहुंचता नहीं जो पहुंच जाता नगाल वर्ग तो ही आई सो मैं इस गल का फायदा भी मिल गया पिछों बोलने का ਬੜਾ ਔਖਾ ਤਰੀਕਾ ਮੈਂ ਇੱਕ ਵਾਰ ਫੇਰ ਜਿਹੜੇ ਸਾਡੇ ਸਾਰੇ ਪ੍ਰਬੰਧਕ ਵੀਰ ਭਾਈ ਦਲਜੀਤ ਸਿੰਘ ਜੀ, ਭਾਈ ਸੁਖਵਿੰਦਰ ਸਿੰਘ ਜੀ ਤੇ ਮਲਕੀਤ ਸਿੰਘ ਜੀ ਪਾਸੀ ਇਹਨਾਂ ਵੀਰਾਂ ਨੇ ਬੜਾ ਔਖਾ ਤਰੀਕਾ ਦੇ ਵਿੱਚ ਮੈਂ ਮੈਨੂੰ ਆਇਆ ਵੀ ਨਾ ਹੋ ਗਿਆ ਮੈਂ ਯੂਰ
ਤੇ ਪੱਕ ਰਹੇ ਆ। ਮੈਂ ਭੈਣ ਜੀ ਉਹਨਾਂ ਨੂੰ ਕਿਹਾ, ਮੈਂ ਭੈਣ ਜੀ ਕਿਵੇਂ ਮਹਿਸੂਸ ਹੁੰਦਾ, ਅਸੀਂ ਲੱਗਦਾ ਹੋਊਗਾ ਜਿਵੇਂ ਇੰਡੀਆ ਬੈਠੇ। ਵੀ ਉਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਜਿਸ ਤਰੀਕੇ ਇਹਨਾਂ ਸਾਰੇ ਪ੍ਰਬੰਧਕਾਂ ਨੇ ਅੱਜ ਦਾ ਸੋਹਣਾ ਇੰਤਜ਼ਾਮ ਕੀਤਾ ਔਰ ਓਨੀਆਂ ਖੂਬਸੂਰਤ ਗੱਲਾਂ ਇੱਥੇ ਕੀਤੀਆਂ ਬੁਲਾਰਿਆਂ ਨੂੰ ਬੁਲਾ ਕੇ, ਇਹ ਵਧਾਈ ਦੇ ਪਾਤਰ ਨੇ। ਨਾਲ ਸਾਡਾ ਜਿਹੜਾ ਰੇਡੀਓ ਚੈਨਲ ਪਰਦੇਸੀ, ਅੱਗੇ ਅਸੀਂ ਇੰਡੀਆ ਦੇ ਨਾਲ ਜੁੜਦੇ ਸੀ, ਅੱਜ ਰੂਬਰੂ ਇੱਥੇ ਉਹਨਾਂ ਦੇ ਪ੍ਰਬੰਧਕਾਂ ਦੇ ਵੀ ਦਰਸ਼ਨ ਕੀਤੇ ਹੈ। ਵਾਇਸ ਆਫ ਖਾਲਸਾ ਵੀਰ ਕੁਲਦੀਪ ਸਿੰਘ ਜੀ ਔਰ ਜਿੰਨੇ ਬੁਲਾਰੇ ਤੁਸੀਂ ਮੇਰੇ ਕੋਲ ਮੇਰੇ ਸਾਹਮਣੇ ਮੈਂ ਜਿਹਨਾਂ ਨੂੰ ਸੁਣਿਆ ਆਪਣੇ ਸਾਹਮਣੇ, ਭਾਈ ਤਾਰ ਸਿੰਘ ਜੀ, ਮਿਸ਼ਨਰੀ ਸਰਵਨ ਸਿੰਘ ਜੀ, ਬੀਬੀ ਰਾਜਨਪ੍ਰੀਤ ਕੌਰ, ਸਰ ਬਲਦੇਵ ਸਿੰਘ ਟਰਾਂਟੋ, ਤਰਲੋਚਨ ਸਿੰਘ ਜੀ ਗੋਪਾਲਪੁਰ, ਚਮਕੌਰ ਸਿੰਘ ਜੀ ਫਰਿਜਨੋ, ਸਰ ਸਰਜੀਤ ਸਿੰਘ ਜੀ ਸੈਕਰਾਮੈਂਟੋ, ਬੀਬੀ ਸੁਰਜੀਤ ਕੌਰ ਜੀ, ਤੇ ਰੇਡੀਓ ਦੇ ਆਪਣੇ ਜਿਹੜੇ ਪ੍ਰਬੰਧਕ ਟਿਵਾਣਾ ਸਾਹਿਬ, ਸਰਦਾਰ ਪਾਲ ਸਿੰਘ ਜੀ ਪੁਰੇਵਾਲ, ਡਾਕਟਰ ਗੁਰਮੀਤ ਸਿੰਘ ਜੀ, ਸਰ ਕੁਲਦੀਪ ਸਿੰਘ ਜੀ ਰੇਡੀਓ ਸ਼ੇਰੇ ਪੰਜਾਬ ਵਾਲੇ, ਭਾਈ ਪਰਮਜੀਤ ਸਿੰਘ ਜੀ ਪ੍ਰਚਾਰ ਸਾਡੇ ਉੱਤਰਾਖੰਡ ਵਾਲੇ, ਸਤਪਾਲ ਸਿੰਘ ਜੀ ਪੁਰੇਵਾਲ ਤੇ ਸਰਦਾਰ ਗੁਰਦੇਵ ਸਿੰਘ ਸੰਧਾ ਵਾਲੇ। ਸੋ ਮੈਂ ਇਹਨਾਂ ਸਾਰੇ ਵੀਰਾਂ ਤੋਂ ਅੱਜ ਇੰਨਾ ਕੁਛ ਸਿੱਖ ਕੇ ਚੱਲਿਆ ਕਿ ਮੈਂ ਜਿਵੇਂ ਅੱਗੇ ਲਿਖਦਾ ਸੀ, ਅੱਜ ਮੇਰਾ ਉਹਦੇ ਵਿੱਚ ਕਾਫੀ ਇਜ਼ਾਫਾ ਹੋਇਆ ਇਸ ਗੱਲ ਚ, ਮੇਰੀ ਨੌਲੇਜ ਚ ਜਿਹੜੀਆਂ ਗੱਲਾਂ ਮੈਂ ਕਦੇ ਕਲਪਨਾ ਚ ਵੀ ਨਹੀਂ ਸੀ ਮੈਨੂੰ ਤੁਹਾਡੇ ਤੋਂ ਅੱਜ ਲੱਭੀਆਂ। ਤੁਹਾਡਾ ਵੀ ਧੰਨਵਾਦ ਤੇ ਸਾਰੀ ਸੰਗਤ ਦਾ ਇੱਕ ਵਾਰ ਇਸ ਗੱਲੋਂ ਧੰਨਵਾਦ ਕਿ ਤੁਸੀਂ ਬੜਾ ਵੱਡਾ ਜੇਰਾ ਲੈ ਕੇ ਸਾਨੂੰ ਝੱਲਿਆ। ਸੁਣਨਾ ਤਾਂ ਹੋਰ ਗੱਲ ਹੁੰਦੀ ਹੈ, ਤੁਸੀਂ ਝੱਲਿਆ ਸਾਨੂੰ ਸਾਰਿਆਂ ਨੂੰ, ਇੰਨੀ ਲੰਬੀ ਸਭਾ, ਇੰਨੇ ਘੰਟੇ ਸੁਣਨਾ ਕਿਸੇ ਨੂੰ, ਇਹ ਸਭ ਤੋਂ ਔਖਾ ਕੰਮ ਹੈ ਬੈਠ ਕੇ ਪੇਸ਼ੈਂਸ ਕਰਕੇ। ਸੋ ਭੁੱਲਾਂ ਚੁੱਕਾਂ ਦੀ ਖਿਮਾ, ਮੇਰੇ ਤੋਂ ਵੀ ਕੁਛ ਬੋਲਦਿਆਂ ਕੁਛ ਗਲਤੀਆਂ ਕਈ ਹੋਈਆਂ ਹੋਣਗੀਆਂ, ਜਾਂ ਕੁਛ ਗੱਲਾਂ ਅਜਿਹੀਆਂ ਕਹੀਆਂ ਗਈਆਂ ਹੋਣਗੀਆਂ ਜਿਹੜੀਆਂ ਗੁਰਮਤ ਦੇ ਅਨੁਕੂਲ ਨਾ ਹੋਣ, ਉਹਨਾਂ ਲਈ ਮੈਨੂੰ ਮਾਫ਼ੀ ਦੇ ਦਿਓ। ਤੇ ਗੁਰੂ ਦੀ ਚੜ੍ਹਦੀ ਕਲਾ ਲਈ ਜੋ ਕੁਛ ਕਿਹਾ, ਜਿੱਥੇ ਕਿਹਾ, ਕਿਸੇ ਸਰਕਾਰ ਦੀ ਇੰਟੈਲੀਜੈਂਸੀ ਕੋਈ ਉਹਨੇ ਜਿੱਥੇ ਲੋਡ ਕਰਨਾ ਉਹਨੂੰ ਖੁੱਲੀ ਚੁੱਕੀ ਹੈ, ਜਿੱਥੇ ਮਰਜ਼ੀ ਲੋਡ ਕਰ ਲਵੇ, ਇਹਨਾਂ ਗੱਲਾਂ ਦੀ ਨਾ ਕਦੇ ਜ਼ਿੰਦਗੀ ਚ ਪਰਵਾਹ ਕੀਤੀ ਹੈ ਗੁਰੂ ਦੀ ਗੱਲ ਕਰਦੇ ਹਾਂ, ਤੇ ਨਾ ਅੱਗੇ ਕਰਨੀ ਹੈ। ਸੋ ਮੈਨੂੰ ਦੇ ਹੁਣ ਆ ਗਿਆ ਫਤਿਹ ਬਣਾਓ ਇੱਕ ਵਾਰੀ ਸਾਰੇ ਪਿਆਰ ਭਰੀ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਨਿਧੜਕ ਜਥੇਦਾਰ ਗੁਰਿੰਦਰਪਾਲ ਸਿੰਘ ਜੀ ਧਨੌਲਾ, ਜਿਨ੍ਹਾਂ ਨੇ ਬੜੀ ਹੀ ਡਿਟੇਲ ਦੇ ਵਿੱਚ ਪੰਜਾਬ ਦੀ ਦਸ਼ਾ ਤੇ ਦਿਸ਼ਾ ਸਾਨੂੰ ਦੱਸੀ, ਤੇ ਸਾਨੂੰ ਇੱਕ ਉਹਨਾਂ ਨੇ ਵੰਗਾਰ ਵੀ ਪਾਈ ਵੀ ਅਸੀਂ ਆਪਣਾ ਜੋ ਧਨ ਆ ਉਸਨੂੰ ਗਲਤ ਜਗ੍ਹਾ ਵੇਸਟ ਨਾ ਕਰੀਏ ਤੇ ਇਕੱਠੇ ਹੋ ਕੇ ਇੱਕ ਲਹਿਰ ਬਣਾਈਏ ਜੋ ਇਹ ਸਿੱਖੀ ਦੇ ਨਿਗਾਰ ਵੱਲ ਜਾਣ ਲਈ, ਚਾਹੇ ਸ਼੍ਰੋਮਣੀ ਕਮੇਟੀ ਆ ਜਾਂ ਹੋਰ ਸੰਸਥਾਵਾਂ ਨੇ ਜਿਹੜੀਆਂ ਇਸ ਸਮੇਂ ਕਿਸੇ ਗਲਬੇ ਦੇ ਥੱਲੇ, RSS ਦੇ ਪ੍ਰਭਾਵ ਥੱਲੇ ਦੱਬ ਕੇ ਸਿੱਖੀ ਦਾ ਨੁਕਸਾਨ ਕਰ ਰਹੀਆਂ ਨੇ, ਅਸੀਂ ਉਹਨਾਂ ਨੂੰ ਛੱਲ ਨਹੀਂ ਪਾਈਏ। ਗੁਰੂ ਪਿਆਰਿਓ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਮੈਂ ਤੁਹਾਡੇ 20 ਮਿੰਟ ਹੋਰ ਲੈਣੇ ਨੇ, ਕਿਸੇ ਵੀ ਸਭਾ ਦਾ ਜਿਹੜਾ ਨਿਚੋੜ ਹੁੰਦਾ ਮਤੇ ਤੇ ਉਹ ਬੁਲਾਰਿਆਂ ਨੂੰ ਸਨਮਾਨਿਤ ਹੁੰਦਾ, ਅਗਰ ਤੁਸੀਂ 20 ਮਿੰਟ ਦਾ ਟਾਈਮ ਹੋਰ ਦੇਵੋ, ਜੇ ਉੱਠ ਕੇ ਪਹਿਲਾਂ ਚਲੇ ਗਿਆ ਤਾਂ ਇਹਦਾ ਮਤਲਬ ਇਹ ਵੀ ਤੁਸੀਂ ਉਹਨਾਂ ਦੀਆਂ ਗੱਲਾਂ ਦੇ ਨਾਲ ਐਗਰੀ ਨਹੀਂ। ਸਿਰਫ 20 ਮਿੰਟ ਦਾ ਸਮਾਂ ਹੋਰ ਦੇਵੋ, ਤੁਸੀਂ ਸਵੇਰ ਤੋਂ ਬੈਠੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਦੋ ਬੁਲਾਰੇ 5-5 ਮਿੰਟ ਦੇ
ਵਿੱਚੋਂ ਆਪਣਾ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਗੇ। ਉਸ ਤੋਂ ਬਾਅਦ ਆਪਾਂ ਆਏ ਬੁਲਾਰਿਆਂ ਨੂੰ ਸਨਮਾਨਿਤ ਕਰਕੇ ਅੱਜ ਦੀ ਇਸ ਕਾਨਫਰੰਸ ਦੀ ਸਮਾਪਤੀ ਕਰਾਂਗੇ ਜੀ। ਮੈਂ ਹੁਣ ਪ੍ਰੋਫੈਸਰ ਨਿਰੰਜਨ ਸਿੰਘ ਢੇਸੀ ਜੋ ਖਾਲਸਾ ਕਾਲਜ ਲੈਲਪੁਰ ਤੋਂ ਦੇ ਪ੍ਰੋਫੈਸਰ ਰਹੇ ਨੇ, ਉਹਨਾਂ ਨੂੰ ਕਹੂੰ ਵੀ ਆਪਣੇ ਸੀਮਿਤ ਲਫ਼ਜ਼ਾਂ ਦੇ ਵਿੱਚ 5 ਮਿੰਟ ਲਈ ਤੁਹਾਡੇ ਰੂਬਰੂ ਹੋਣ, ਤੇ ਉਹਨਾਂ ਦੇ ਨਾਲ ਹੀ ਆਖਰੀ ਬੁਲਾਰੇ ਜਸਬੀਰ ਕੌਰ ਜੀ, ਤੇ ਉਹ ਵੀ ਤਿਆਰ ਰਹਿਣ ਜੀ, ਤੇ 5-5 ਮਿੰਟ ਵਿੱਚ ਆਪਣੇ ਵਿਚਾਰ ਸੀਮਿਤ ਕਰੇ ਜੀ। ਵਾਹਿਗੁਰੂ ਜੀ ਕਾ ਖਾਲਸਾ। ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਨਾਲ ਜੁੜੀ ਹੋਈ ਸਾਧ ਸੰਗਤ, ਇਹ ਸ਼ਬਦ ਮੈਂ ਖਾਸ ਤੌਰ ਤੇ ਕਿਉਂ ਵਰਤ ਰਿਹਾ, ਕਿਉਂਕਿ ਇੱਥੇ ਉਹੀ ਬੈਠੇ ਨੇ ਇਸ ਵਿਸ਼ੇਸ਼ ਸੱਦੇ ਦੇ ਉੱਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਨਾਲ ਕਿਸੇ ਨਾ ਕਿਸੇ ਪੱਖ ਤੋਂ ਕਿਸੇ ਨਾ ਕਿਸੇ ਹੱਦ ਤੱਕ ਜੁੜੇ ਹੋਏ। ਆਓ ਫਤਿਹ ਸਾਜੀ ਕਰੀਏ। ਵਾਹਿਗੁਰੂ ਜੀ ਕਾ।